तांगां वालनििकदो सुखी नाली से अह तांगां वारदो सुखी नाली सोन गे त सुख साढे लुटे जीना सुख साढे लूटे जी ਉਹ ਫੇਰਾ ਕਦੋਂ ਪਉਣਗੇ ਤਾਂਗਾ ਵਾਲੇ ਨੈ ਕਦੋਂ ਸੁਖ ਨਾਲ ਸੌਣਗੇ ਬਾਜੀ ਬਾ ਕੀ ਸੇ ਦੀ ਕੀ ਗੱਲੇ ਦਸਾਂ ਆਪਣੀ ਨਹੀਂ ਮੁਕਦੀ ਵਾਹ ਵਾਹ ਅੱਲਾ ਜਾਣੇ ਖੁਸ਼ੀ ਸਾਡੇ વેડે ક્યું નઈ ટુક દી અલ્લા જાન ને ખુશી સાડે વેડે ક્યું નઈ ટુક દી લમિયા જુદાયા વાલે લમિયા જુદાયા વાલે ਫੇਰਾ ਕਦੋਂ ਪਾਣਗੇ ਤਾਂਗਾ ਵਾਲੇ ਨੈ ਨਹੀਂ ਕਦੋਂ ਵਾ ਵਾ ਸੁਖ ਨਾਲ ਸੁਣਗੇ ਆਹ ਅਗਲਾ ਅੰਤਰਾ ਪੱਲੇ ਕਾਂਦੇ ਬੁਏ ਖੁੱਲੇ ਆਹ ਮਾਹੀ ਦੀ ਉਡੀਕ ਵਾ 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 ਪੱਲੇ ਕਾਂਦੇ ਬੁਏ ਖੁੱਲੇ ਮਾਹੀ ਦੀ ਉਡੀਕੇ ਜਾਨੀ ਮੇਰੇ ਦਿਲ ਦਾ ਨੀ ਆਇਆ ਜੇ ਤੀਕੇ ਜਾਨੀ ਮੇਰੇ ਦਿਲ ਦਾ ਨੀ ਆਇਆ ਜੇ ਤੀਕੇ ਸਦਰਾਂ ਦੇ ਹਾੜੇ ਪੈ ਸਦਰਾਂ ਦੇ ਹਾੜੇ ਨਿਤ ਕੁਰਲਾਨਗੇ ਤਾਂਗਾ ਵਾਲੇ ਨੇ ਵਾਹ ਵਾਹ ਆਹ ਆਹ ਕੀ ਬਾਤ ਹੈ ਖਾਨ ਸਾਹਿਬ ਠੀਕ ਹੈ ਜੀ ਮੈਂ ਕਿਹਾ ਦੀ 2-4 ਵਾਰੀ ਰੀਸਲ ਕਰਾਂਗੇ ਇੱਕ ਫਰਮੈਸ਼ੀ ਆਟਮ ਬਣ ਜਾਏਗਾ ਕਿਉਂਕਿ ਕਿਤੇ ਵੇਲੇ ਕੋਈ ਬੰਦਾ ਕਹਿ ਹੀ ਦਿੰਦਾ ਹਾਂ ਪਬਲਿਕ ਦੇ ਵਿੱਚ ਜੋ ਕੋਈ ਕਹਿ ਦੇਗਾ ਤੇ ਫਿਰ ਇਹਦਾ ਮਤਲਬ ਇਹ ਆ ਵੀ ਬੰਦੇ ਦੀ ਨਕਾਤੀ ਤੇ ਨਾ ਨਾ ਹੋਏਗੀ ਮੈਂ ਕਿਹਾ ਤੁਸੀਂ ਬੇਫਿਕਰ ਹੋ ਜਾਓ ਐਸਾ ਨੂੰ ਪੇਸ਼ ਕਰਾਂਗੇ ਜਿੱਦੋਂ ਤੂੰ ਤਿੰਨ ਵਾਰੀ ਆਪਾਂ ਨੂੰ ਪੱਕਿਆ ਕਰ ਲਿਆ ਪਬਲਿਕ ਆਪਾਂ ਨੂੰ ਲੈਣੀ ਹੈ ਲੋਇਆ ਤਾੜੀ ਦਵਾਈ ਹੋਣੀ ਚਾਹੀਦੀ ਖਾਂ ਸਾਹਿਬ ਆਪਾਂ ਕੂੜਗਮ ਨਹੀਂ ਕਰਨਾ ਤੇਰੇ ਨਾਸਤੇ ਲਿਖਿਆ ਹਾਂ ਇਹਨੂੰ ਇੱਥੇ ਜੇਬ ਦੇ ਵਿੱਚ ਜਾਣ ਦੇ ਪਰਾਂ ਇਹਦੀ ਗੱਲ ਨਾ ਕਰੀਏ ਲੈ ਲੈ ਕਿੱਥੇ ਮੱਥੇ ਲਾਗਿਆ ਨੈਸ਼ ਆ ਜਾ ਤੂੰ ਦਫਾ ਕਰ ਇਹਨੂੰ ਯਾ ਮੇਰੇ ਮਾਲਾ ਕਦੀ ਤਾਂ ਦਿਨ ਆਵੇਗਾ ਜਦੋਂ ਇਹ ਨੈਸ਼ਕੂੜ ਸਾਡੇ ਮੱਥੇ ਨਾ ਲੱਗੇਗਾ ਮਰੇ ਕਾ ਕੀ ਗੱਲੇ ਦਫਾ ਕਰ ਤੈਨੂੰ ਮੈਂ ਕਹਿਆ ਇਹਨੂੰ ਬੁਲਾਉਣਾ ਨਹੀਂ ਨੈਸ਼ ਪਰ ਤੂੰ ਬੇਵਕੂਫ ਆ ਇਹ ਮੈਨੂੰ ਕੰਮ ਨਾ ਤੰਦਾ ਲੈ ਨਲਾਇਕ ਮੇਰੀ ਗੱਲ ਸੁਣ ਆਪਾਂ ਚਲੀਏ ਇਥੋਂ ਇਹ ਨੈਸ਼ ਆ ਗਿਆ ਇਹ ਨੈਸ਼ੀ ਪਾਏਗਾ ਇਹ ਨਲਾਇਕ ਆਇਸਾ ਆਜਾ ਚਲੀਏ ਆਪਾਂ ਨਿਕਲ ਮੈਂ ਕਹਿੰਦਾ ਅੱਲਾ ਬਚਾਵੇ ਭਾਈ ਇਸ ਕੋੜ ਬੰਦੇ ਤੋਂ ਬਹੁਤ ਜਾਣਦਾ ਵਾ ਇਹ ਸਾਨੂੰ ਕਿਸੇ ਗੁਨਾਹ ਦੀ ਸਜ਼ਾ ਵਾ ਉਹ ਪਤਾ ਕੀ ਆ ਲਓ ਠੀਕ ਆ ਹੁਣ ਇਹ ਬਾਨੇ ਬਾਨੇ ਨਾਲ ਵਿੱਚ ਵੱਜ ਰਿਹਾ ਆ ਆਪ ਇਹਨੂੰ ਕੁਛ ਕਿਹਣੀ ਨਹੀਂ ਇਹ ਲੜਾਈ ਪਾਲਦਾ ਵਾ ਉਹ ਲੜਾਈ ਸਾਬ ਉਹ ਲੇਕਿਨ ਗੱਲ ਭਲਾ ਕੀ ਹੈ ਨਾ ਇਹ ਬਾਈ ਵੀ ਲਟਰਾਲਾ ਨੇ ਮੈਂ ਕਹਿੰਦਾ ਬੰਦਾ ਬਣਦਾ ਕਿ ਨਹੀਂ ਇਦਾਂ ਬਣਾਵਾ ਹੁਣ ਬੰਦਾ ਤੈਨੂੰ ਮੈਂ ਕਿਉਂ ਵੀ ਆਪਾਂ ਇਹਨੂੰ ਬੁਲਾਉਣਾ ਹੀ ਨਹੀਂ ਤਾਂ ਫਿਰ ਵਾਹ ਗਿਆ ਇੱਥੋਂ ਉਹ ਇੱਥੋਂ ਨਿਕਲੀਏ ਨਾਲੇ ਉਹ ਸਿਆਣੀਆਂ ਦੀ ਗੱਲ ਨਹੀਂ ਸੁਣੀ ਕਿਹੜੀ ਕਿ ਉਹਨੇ ਮੈਨੂੰ ਗਾਲਾਂ ਕੱਢ ਕੇ ਆਪਣਾ ਹੀ ਭਰਮ ਗਵਾਇਆ ਏ ਹਾਂ ਅਸੀਂ ਵੀ ਚੁੱਪ ਰਹਿ ਕੇ ਉਹਦੇ ਨਾਲ ਬਥੇਰੀ ਕੀਤੀ ਏ ਆਪਾਂ ਇਹਨੂੰ ਬੁਲਾਉਣਾ ਹੀ ਨਹੀਂ ਕੋਲ ਠੀਕ ਲਗਾ ਬਥੇਰੀ ਰਾਤੀ ਫੇ ਕਿਹਦਾ 70-80 ਰੁਪਏ ਹੋਏ ਰਾਤੀ ਤੇਰਾ ਇਸ ਗੱਲ ਨਾਲ ਕੋਈ ਤੱਲਕ ਓਏ ਰਾਣਾ ਮੈਂ ਖੜਾ ਦੇਖਣ ਰਿਆ ਸੀਗਾ ਬਾਤ ਤੂੰ ਬੇਹਦ ਹਦ ਦਾ ਨਲਾਇਕ 70-80 ਰੁਪਏ ਹੋਏ ਲੈ ਰਾਤੀ ਬਸ ਠੀਕ ਆ ਯਾਰ ਹੋਇਆ 70-80 ਵੀ ਕਾਦੇ ਯਾਰ ਰਾਤੀ ਦੇ ਕੀ ਹੋਇਆ ਭਲਾ ਖਾਂ ਇਹਦਾ ਇਹਦਾ ਗਾਗਾ ਕੇ ਗਾਗਾ ਕੇ ਇਹਦਾ ਫਿਫੜਾ ਮੂੰਹ ਨੂੰ ਆਇਆ ਸੀਗਾ ਤਾਂ 5 ਰੁਪਏ ਨਹੀਂ ਹੋਏ ਮੈਂ ਉਹਨਾਂ ਨੂੰ ਕਿਹਾ ਸੀ ਕਮਿਆਰਾਂ ਨੂੰ ਕੀ ਮੈਂ ਕਿਹਾ ਸੀ ਜੇ ਮੈਂ ਕਿਹਾ ਕਿ ਇਹਨੂੰ ਸੱਦਿਆ ਹੈ ਮਹਿੰਦੀ ਤੇ ਅੱਛਾ ਉਹਨੇ ਤੁਹਾਡਾ ਦੱਸਿਆ ਬਿਦੁਰਵੜ ਖਾਂ ਤੇ ਲਾਲਟੇਨ ਖਾਂ ਮੈਂ ਕਿਹਾ ਜੀ ਐਦਾਂ ਕਰਿਓ ਕਾਪੀਆਂ ਹੱਥ 'ਚ ਲੈ ਕੇ ਫਿਰਨੀਆਂ ਨੇ ਲੇਕਿਨ ਰੁਪਈਆ ਇੱਕ ਨਹੀਂ ਦੇਣਾ ਹੇ 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 ਉਹੀ ਗੱਲ ਹੋਈ ਖਾ ਕੂੜ ਕੂੜ ਉਹ ਤੇਰਾ ਭਲਾ ਹੋ ਜੇ ਸਾਡਾ ਭੰਗਾ ਕਚੂਚ ਦੁਸ਼ਮਣ ਹੈ ਸਾਡੇ ਬੱਚਿਆਂ ਦੇ ਰਿਜ਼ਕ ਦਾ ਦੁਸ਼ਮਣ ਹੈ ਹਾਂ ਇਹ ਤਾਂ ਬੇਹਦ ਹੈ ਤਾਂ ਦੇਖ ਉਹਨਾਂ ਨੂੰ ਕੀ ਕਹਿੰਦਾ ਰਹਿਮਾਨੀ ਸਾਹਿਬ ਨੂੰ ਮੈਂ ਉਹਨਾਂ ਦੀ ਬੜੀ ਤਾਰੀਫ਼ ਵੀ ਕੀਤੀ ਮੈਂ ਉਹਨਾਂ ਨੂੰ ਬਹੁਤ ਮਤਲਬ ਉਹਨਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਲੇਕਿਨ ਉਹ ਐਸੇ ਕੂੜ ਹੋਏ ਸੀ ਕਿਸੇ ਦੀ ਗੱਲ ਤੇ ਲੱਗੇ ਸੀ ਇਹਨੇ ਕਿਹਾ ਸੀ ਇਹਨੇ ਉਂਗਲ ਦਿੱਤੀ ਹੈ ਤੇ ਕੰਮ ਪਿਆ ਵਾ ਨਹੀਂ ਤੇ ਉਹਨਾਂ ਸੁਟਦੇ ਸੀ ਪੈਸੇ ਹਾਂ ਹੇ 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 ਨਹੀਂ 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 ਹਾਏ ਇਹ ਤੈਨੂੰ ਲਵੇ ਮੌਲਾ ਦੀ ਜ਼ਾਤ ਐ ਰਾਣਾ ਐ ਰਾਣਾ ਉਹ ਤੇਰਾ ਵੱਜੇ ਉਹ ਕਿਸੇ ਤੂੰ ਜਾਂਦਾ ਖੰਬੇ 'ਚ ਹੈਂ ਤੈਨੂੰ ਪਵੇ ਕਰੰਟ 11000 ਵੋਲਟ ਦਾ ਅੱਛਾ ਰੰਗ ਇੰਜ ਦੇ ਪਾਏ ਆ ਜਿਵੇਂ ਪਤਾ ਨਹੀਂ ਨਾ 2 ਕਰੋੜ ਦਾ ਕਿਤੇ ਬਾਉਂਡ ਲੱਗਾ ਹੁੰਦਾ ਰੰਗ ਪਾਏ ਤਾਂ ਖਾਂ ਖਾਂ ਤੁਸੀਂ ਰਾਤ ਨੂੰ ਹਮੇ ਸੁੱਤੇ ਪੜਕੇ ਰੰਗ ਦੇ ਦੱਸੋ ਕੋਈ ਸੋਬਰ ਰੰਗ ਪਾਇਆ ਕਰੋ ਕਿਹੜਾ ਸੋਬਰ ਕੋਈ ਮਤਲਬ ਕਿ ਮناسب ਜਿਆ ਕੋਈ ਸੂਫੀ ਜੇ ਰੰਗ ਪਾਇਆ ਕਰੋ ਆ ਦੇਖੋ ਲਾਲ ਕਮੀਜ਼ ਸ਼ਲਵਾਰ ਹੂੰ ਅਸਮਾਨੀ ਰੰਗ ਦੀ ਉੱਤੇ ਜੈਕਟ ਅੱਛਾ ਫਿਰ ਆ ਦੇਖੋ ਲਾਲ ਰੰਗ ਦਾ ਆ ਇਧਰ ਵੇਖੋ ਅੱਛਾ ਤੇ ਤੂੰ ਤੂੰ ਕਿਉਂ ਛੱਡਦਾ ਇਧਰ ਵੇਖੋ ਹਾਂ ਕੀ ਫਿਰੋਜ਼ੀ ਬਈ ਤੂੰ ਕਿਉਂ ਛੱਡਦਾ ਨਿਲੈਤਾ ਨਵੇਂ ਸੂਟ ਸਵਾਏ ਆ ਸੀ ਕਵਾਲੀ ਕਰਨ ਜਾਣਾ ਦੇ ਖਾਨ ਸਾਹਿਬ ਲੋਗਾ ਤੂੰ ਉਹ ਤਾਈ ਹੈ ਤੇਰਾ ਇਸ ਗੱਲਾਂ ਤਲਕ ਹੀ ਨਹੀਂ ਸਮਝੀ ਨਹੀਂ ਲੱਗਦੀ ਤੈਨੂੰ ਤਾਂ ਹਾਲ ਇਹ ਹਬਸ਼ੀਆਂ ਦਾ ਮੁਲਕ ਦਾ ਝੰਡਾ ਲੱਗਣ ਡਿਆ ਉਹ ਜਾ ਕੰਮ ਕਰ ਜਾ ਕੇ ਹਬਸ਼ੀਆਂ ਦਾ ਅਫਰੀਕਾ ਇਧਰ ਹੋ ਜਾ ਸ਼ਾਂਤ ਕਰਦਾ ਫਿਰਦਾ ਬਾਹਰ ਮੇਂ ਚੂਰਾ ਪਾ ਗਈ ਕਾਦਾ ਜਵਾਬ ਹੀ ਨਹੀਂ ਦੇਣਾ ਅੰਮ੍ਰੀ ਗੱਲ ਸੁਣ ਲੈ ਰਹਿਣਾ ਇਨਸਾਨ ਬਣ ਜਾ ਮੈਂ ਅੱਗੇ ਤੇਰੇ ਅੱਬੇ ਨੂੰ ਜਾ ਕੇ ਸ਼ਿਕਾਇਤ ਵੀ ਲਾਈ ਸੀ ਉਹ ਵੀ ਬੇਹਦਦਾਇਤਾ ਹੀ ਨਿਕਲਿਆ ਐਦਾਂ ਦੇ ਨਾ ਤੇ ਵਿਆਹ ਤੇ ਹਬਸ਼ੀ ਤਿਆਰ ਹੁੰਦੇ ਹੁੰਦੇ ਹਬਸ਼ੀਆਂ ਦਾ ਲਾੜਾ ਇੰਜਦਾ ਹੁੰਦਾ ਜਿੱਦਾਂ ਦਾ ਤੈਨੂੰ ਕੀ ਹੋਵੇ ਪਿਆ ਤੂੰ ਉੱਥੇ ਵਾਜਾ ਵਿਜਾਉਣਾ ਮਰੇ ਤੂੰ ਉੱਥੇ ਪੈਸੇ ਲੁੱਟੜੇ ਪਠਾਨ ਕੋ ਬਹੁਤੇ ਪੈਸੇ ਆ ਜਾਂਦੇ ਨਾ ਤੇ ਐਦਾਂ ਦਾ ਸਾਈਕਲ ਬਣਾ ਲੈਂਦਾ ਹੁੰਦਾ ਉਹ ਜਾ ਕੰਮ ਕਰ ਜਾ ਕੇ ਪਠਾਨ ਕੋ ਬਹੁਤੇ ਪੈਸੇ ਆ ਜਾਂਦੇ ਤੇ ਹੁਣ ਤੂੰ ਰਾਣਾ ਮੁੜਨਾ ਕਿ ਤੈਨੂੰ ਮੋੜੀਏ ਸਿੰਧ ਵਾਲੀ ਸਾਈਡ ਤੇ ਨਾ ਐਦਾਂ ਦੇ ਰਕਸ਼ੇ ਸਜਾਏ ਹੁੰਦੇ ਅਗਲੇ ਨਾ ਉਹ ਜਾ ਚਲਾ ਜਾ ਕੰਮ ਦਵਾਉਂ ਜਾ ਕਿਤੇ ਦੇਹਦਾ ਤੇ ਆ ਤਾਇਆ ਮੈਂ ਖਾ ਖਾ ਸਾਹਿਬ ਇਹਨੂੰ ਮਗਰੋਂ ਲਾਉ ਆਪਾਂ ਵਾਹ ਜੀ ਉਹ ਮੈਂ ਕਹਿੰਦਾ ਫਕਰੋ ਕਿ ਕਿੱਥੇ ਨੈ ਸਾਡੇ ਮੱਥੇ ਲੱਗ ਜਾਂਦਾ ਉਹ ਮੇਰੀ ਗੱਲ ਸੁਣ ਲੈ ਰਹਿਣਾ ਝੂਠੇ ਜੇ ਪੀਰ ਕੋ ਪੈਸੇ ਆ ਜਾਣ ਨਾ ਉਹ ਇਦਾਂ ਦੇ ਕੱਪੜੇ ਸੰਭਾਲ ਲੈਂਦਾ ਹੁੰਦਾ ਤੈਨੂੰ ਬਹੁਤ ਮਰੀਦਾ ਨੂੰ ਇੰਪ੍ਰੈਸ ਇਹਦੇ ਸੱਚੇ ਪੀਰਾਂ ਦਾ ਕਿਡਾ ਯਕੜੋ ਯਕਰਾ ਕੇ ਝੂਠੇ ਜੇ ਪੀਰ ਇੰਜ ਦੇ ਹੁੰਦੇ ਹੁੰਦੇ ਆ ਫੇ ਤੈਨੂੰ ਕੀ ਮੈਨੂੰ ਇਹ ਦੱਸ ਤੈਨੂੰ ਕੀ ਗੱਲ ਕਰ ਰਿਹਾ ਸਭ ਮਰਨਾ ਦੇਖ ਤਾਂ ਸਹੀ ਸਾਡੇ ਗੈਟਪ ਦੇ ਉੱਤੇ ਵੀ ਕੈਸੀਆਂ ਗੱਲਾਂ ਕਰਦਾ ਨੈਸ਼ ਗੱਲਾਂ ਕਰਦਾ ਤੇਰਾ ਗਾਜ਼ੀ ਖਾਨ ਵਾਲੀ ਸਾਈਡ ਤੇ ਨਾ ਇਦਾਂ ਦੀਆਂ ਬੱਸਾਂ ਹੁੰਦੀਆਂ ਨੇ ਹੁੰਦੀਆਂ ਫਿਰ ਤੈਨੂੰ ਕੀ ਟਰੱਕ ਦੇ ਮੂੰਹ ਵਾਲੀਆਂ ਬੈਡ ਫਾਰਮ ਟਰੱਕ ਦੇ ਮੂੰਹ ਵਾਲੀਆਂ ਲਾਰੀਆਂ ਹੁੰਦੀਆਂ ਬਹੁਤ ਤੈਨੂੰ ਜਾ ਚਲੇ ਜਾ ਤਫਾ ਹੋ ਜਾ ਮੇਰੀ ਗੱਲ ਸੁਣ ਲੈ ਰਹਿਣਾ ਸਾਡੀ ਸਾਡੀ ਤਾਂ ਬੱਸ ਫੇ ਬਦਦਵਾਈ ਆ ਮਰਾਸੀ ਦੀ ਹਾਥੋਂ ਬਚਣਾ ਚਾਹੀਦਾ ਪੁੱਤ ਹੈ ਹਾਂਜੀ ਤੈਨੂੰ ਐਸਾ ਤੂੰ ਬੇਹਦਾਇਤਾਂ ਤੇਰਾ ਝਾਕਾ ਲੱਥਾ ਵਾ ਤੈਨੂੰ ਜ਼ਰਾ ਸ਼ਰਮ ਨਹੀਂ ਆਉਂਦੀ ਹੈ ਗਲੇ ਕਾ ਓਏ ਆ ਚੂੜੀਆਂ ਚੱਕਦੇ ਵੀ ਤੈਨੂੰ ਅਸੀਂ ਨਜ਼ਰ ਨਹੀਂ ਆਉਂਦੇ ਹੈ ਜਦ ਦਫਾ ਹੋ ਜਾ ਅੱਜ ਤੋਂ ਸਾਡੇ ਮੱਥੇ ਨਾਲ ਲੱਗੂਗਾ ਸਾਰੀ ਜ਼ਿੰਦਗੀ ਸ਼ੋਰਿਆਂ ਵਾਲੀਆਂ ਪਿੰਡੀਆਂ ਸਾਡੀਆਂ ਹਾਂਜੀ ਮੁਜਾਹਦ ਖਾਨ ਬਸ ਠੀਕ ਆ ਹੋਊਗਾ ਨਾਲ ਕਵਾਲ ਲਈ ਫਿਰ ਤੇ ਗੁਲੂਕਾਰ ਨਹੀਂ ਲੇਲਾ ਆ ਓ ਯਾਰ ਜਦ ਦਫਾ ਹੋ ਤੈਨੂੰ ਕੀ ਹੁਣ ਮਗਰੋਂ ਲੈਣਾ ਕਿ ਤੈਨੂੰ ਦੂਜੇ ਤਰੀਕੇ ਨਾਲ ਭੁਗਵਾਇਏ ਫਿਰ ਲੇਲਾ ਵੀ ਪਾਕਿਸਤਾਨੀ ਜਾਂ ਇੰਡੀਅਨ ਜਾਂ ਬੰਗਲਾਦੇਸ਼ੀ ਨਹੀਂ ਹੈ ਹੋਰ ਕਿੱਥੇ ਦਾ ਇਹ ਨਾ ਉਹ ਹਬਸ਼ੀਆਂ ਦਾ ਲੇਲਾ ਲੱਗਣ ਡਿਆ ਜਦ ਦਫਾ ਹੋ ਜਾ ਸਾਡੇ ਨਾਲ ਬਾਗ ਜਾ ਇਥੋਂ ਹਾਂ ਦੇਖ ਤਾਈ ਹਬਸ਼ੀਆਂ ਦੀਆਂ ਗੱਲਾਂ ਕਰੀ ਜਾਂਦੇ ਆ ਪਤਾ ਨਹੀਂ ਇਹਨੇ ਕੋਈ ਫਿਲਮ ਦੇਖ ਲਈ ਹੈ ਵੀ ਹਬਸ਼ੀ ਵੇਖ ਬੈਠਾ ਬੰਦਾ ਹੋਰ ਇਹ ਕੀ ਵਟਸਐਪ ਨੇ ਤੈਨੂੰ ਕੀ ਤਕਲੀਫ ਆ ਭਾਈ ਦੇਖ ਤਾਂ ਸਹੀ ਕੀ ਤੂੰ ਉਹ ਬੰਨੀ ਕਿਉਂ ਨਹੀਂ ਪਾਰ ਕਰਦਾ ਤੈਨੂੰ ਕਿ ਉੱਥੇ ਤਬੀਦ ਨਾ ਪਿਆ ਤੇਰਾ ਲੈ ਮਰੋ ਲੈ ਗਾ ਜਾ ਗਾ ਡੰਡੀ ਸਾਰੀ ਆ ਲੈ ਲੈ ਤੈਨੂੰ ਉੱਥੇ ਹੋਰ ਜੁਗਤ ਦੱਸਦਾ ਤੂੰ ਏਦਾਂ ਬੰਦੇ ਨਾ ਸਮਾਲੀਆ ਵਾਲੀ ਸਾਈਡ ਤੇ ਹਾਂ ਜਹਾਜ਼ ਲੁੱਟਣ ਦੇ ਤਰੀਕੇ ਦੱਸਦੇ ਹੁੰਦੇ ਘਰ ਬੈਠੇ ਜਾ ਕੇ ਤੇ ਨਲਾਇਕਾ ਇਥੇ ਜਾਈ ਲੁੱਟਣ ਦੇ ਤਰੀਕੇ ਦੱਸਦਾ ਰਾਜਾ ਕਿਤੇ ਦਫਾ ਸਾਡੇ ਤੋਂ ਮਗਰੋਂ ਲੈ ਜਾ ਉਹ ਖਾਨ ਸਾਹਿਬ ਦਫਾ ਕਰੋ ਮੈਂ ਕਿ ਨੈਸ਼ ਕਿੰਨਾ ਮੋਹਰਾ ਸੋਨਾ ਤੁਸੀਂ ਸੀਲਾ ਸੀ ਦੇ ਹਿਸਲ ਕਰ ਰਹੇ ਸੀਗੇ ਇਹ ਐਸਾ ਬੇਸ਼ਰਮ ਨੈਸ਼ ਆ ਬੇ ਹਿਦੈਤਾ ਇਹਨੂੰ ਜ਼ਰਾ ਸ਼ਰਮ ਨਹੀਂ ਆਉਂਦੀ ਕਿਹਦਾ ਬੰਦਾ ਇਹ ਸਲਾਮ ਅਲੈਕੁਮ ਖਾਨ ਸਾਹਿਬ ਹਾਂ ਯਾਰ ਵਾਲੇਕੁਮ ਸਲਾਮ ਕੀ ਹਾਲ ਹੈ ਜੀ ਬੜਾ ਠੀਕ ਆ ਯਾਰ ਤੁਹਾਨੂੰ ਕੀ ਦਸੀਏ ਕੀ ਸਿਹਤੇ ਫਿਰ ਲੈ ਗਏ ਕੀ ਗੱਲ ਹੋ ਗਈ ਬੜੇ ਪਰੇਸ਼ਾਨ ਆ ਬੜੇ ਖਿਜੇ ਆ ਕੀ ਗੱਲ ਆ ਉਹ ਗੱਲ ਸੁਣ ਮੇਰੀ ਇੱਕ ਮਿੰਟ ਗੱਲ ਤੈਨੂੰ ਇਹਨੂੰ ਦਸੀਏ ਇਹ ਵੀ ਹੁੰਦਾ ਕਿ ਬੇਲੀ ਨਾ ਹੋਵੇ ਉਹਦਾ ਮੁਹੱਲੇਦਾਰ ਤਾਂ ਹੈ ਕੋਈ ਤਾਂ ਹੱਲ ਕੱਢੇਗਾ ਸਾਡਾ ਹਾਂ ਸਾਹਿਬ ਹੱਥ ਬਾਹਰ ਕਰ ਲਓ ਜੇਬਾਂ ਚ ਕੋਲੇ ਪਾਏ ਆ ਅੱਛਾ ਆ ਵੇ ਇਹ ਵੀ ਉਦਾਂ ਦੇ ਯਾਜ ਆ ਮੇਰੇ ਕੋਲ ਗੱਲ ਹੋ ਸਕੀ ਹੋ ਗਿਆ ਖਾਸ ਸਾਹਿਬ ਤੁਸੀਂ ਸਾਡੇ ਇਲਾਕੇ ਦੀ ਰੌਣਕ ਆ ਉਹ ਰੌਣਕ ਤੇ ਹੈਗੇ ਆ ਇੱਕ ਬੇਹਦਾਇਤਾ ਨਹੀਂ ਉਹ ਰਾਣਿਆਂ ਦਾ ਮੁੰਡਾ ਔਰ ਰਾਣਾ ਜਾਲ ਓ ਲੰਮਾ ਆਹਾਂ ਓਏ ਬੜਾ ਬੀਬਾ ਮੁੰਡਾ ਯਾਰ ਉਹ ਬੀਬਾ ਜੀ ਬੜਾ ਨੈਸ਼ ਹੈ ਬੜਾ ਕੂੜਾ ਅੱਛਾ ਹੁਣ ਤਾਂ ਸਾਡੀ ਰੌਣਕਾਂ ਚ ਵੀ ਰਾਣੇ ਫਿਲਾ ਤੇ ਮਰੇ ਇਸ ਜ਼ਾਤ ਦਾ ਸਾਨੂੰ ਨੈਸ਼ ਕੂੜਾ ਕੱਟੇ ਲੱਗਾ ਕਿਸੇ ਇੱਕ ਫੰਕਸ਼ਨ ਤੇ ਗਏ ਆ ਰਹਿਮਾਨੀ ਨਹੀਂ ਹਾਂ 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 ਉਹ ਆਪਣਾ ਆਪਣਾ ਉਹ ਕਮਿਆਰ ਕੀ ਨਾਮ ਦਾ ਨੀਫ ਹਾਂ ਉਹਦੇ ਨਾਲ ਅਸੀਂ ਚਲ ਗਏ ਸਾਨੂੰ ਰਾਤੀ ਬੁਲਾਇਆ ਫੰਕਸ਼ਨ ਤੇ ਅੱਛਾ ਇਹ ਨਹੀਂ ਉਹਨਾਂ ਨੂੰ ਪਤਾ ਨਹੀਂ ਕੀ ਸ਼ਰਾਰਤ ਸੁਝੀ ਆ ਉਹਨਾਂ ਨੂੰ ਕਹਿੰਦਾ ਵੀ ਇਹਨਾਂ ਖਾਨ ਸਾਹਿਬਾਂ ਨੂੰ ਉਹਨਾਂ ਕਾਪੀਆਂ ਦਿਖਾਉਣੀਆਂ ਵਾ ਉੱਤੇ ਨਹੀਂ ਸੁੱਕੀਆਂ ਐਸਾ ਲੈਸ ਮਾੜੀ ਗੱਲ ਅਸੀਂ ਆਦੀ ਫੰਕਸ਼ਨ ਸ਼ੁਰੂ ਕੀਤਾ ਕੀ ਫੋੜਾ ਨਿਕਲਿਆ ਗੁੱਟ ਤੇ ਚਾਮ ਓਏ ਮੈਂ ਤੈਨੂੰ ਕੀ ਟਾਈਮ ਟੇਬਲ ਦੱਸ ਰਿਹਾ ਵੀ ਘੜੀ ਟਾਈਪ ਆ ਅੱਛਾ ਵੀ 10 ਵਜੇ ਅਸੀਂ ਫੰਕਸ਼ਨ ਸ਼ੁਰੂ ਕੀਤਾ ਹਾਂ ਤੈਤ ਵੇਲੇ ਦੀ ਕਰ ਸੀ ਗਲਾਪਾਲ ਪਾਲ ਮਰ ਗਿਆ ਠੀਕ ਹੈ ਉਹਨਾਂ ਦੇ ਜਿਹੜੇ ਪੈਸੇ ਸੀ ਮਰਨਿਆਂ ਨੂੰ ਸਾਨੂੰ ਵਹਾਏ ਨੇ ਦਿੱਤੇ ਕੋਈ ਨਹੀਂ ਅਸੀਂ ਆ ਵੇਖ ਪੈਸਾ ਹੋਇਆ ਹੀ ਕੋਈ ਨਹੀਂ ਰੱਖ ਵੀ ਨਹੀਂ ਇਹ ਸੱਤਰ ਅਸੀ ਨਹੀਂ ਹੋਏ ਆ ਵੇਖ ਮੈਂ ਇਹਨਾਂ ਦੇ ਨਵੇਂ ਕੱਪੜੇ ਪੈਸੇ ਇਹਨੂੰ ਮੈਂ ਲਾ ਕੇ ਤੇ ਆ ਬਣਵਾ ਕੇ ਦਿੱਤੇ ਆਪਣਾ ਅਸੀਂ ਆ ਗੈਟਅਪ ਸਾਰਾ ਕੀਤਾ ਅਸੀਂ ਪੂਰੀ ਨਵੀਂ ਪਾਰਟੀ ਬਣਾ ਕੇ ਉਹਨਾਂ ਮਿਲ ਗਏ ਆ ਇਹਨੇ ਲੈਸ਼ ਨੇ ਨਾ ਉਹਨਾਂ ਨੂੰ ਪਤਾ ਨਹੀਂ ਕਿਹੜੀ ਗੱਲ ਸੁਣਾਈ ਆ ਉਨੇ ਸਾਨੂੰ 1 ਰੁਪਿਆ ਤੱਕ ਨਹੀਂ ਸਾਡੇ ਉੱਤੇ ਇਹ ਰਾਣੇ ਦੇ ਅੱਗੇ ਵੀ ਪਿੰਡ 'ਚ ਦੋ ਤਿੰਨ ਲਾਮੇ ਆਏ ਆ ਹਾਂ ਲੇਕਿਨ ਮਾੜੀ ਗੱਲ ਆ ਦੇਖੋ ਤਾਂ ਤੁਹਾਡੇ ਨਾਲ ਜਿਹੜੀ ਇਸ ਤਰ੍ਹਾਂ ਦੀ ਹਰਕਤ ਕਰਨੀ ਆ ਉਹ ਤਾਂ ਸਿੱਧੀ ਸਜ਼ਾ ਵਾ ਸਜ਼ਾ ਵਾ ਤੇਰੀ ਖੈਰ ਹੋਵੇ ਅਸੀਂ ਤਾਂ ਮਸਕੀਨ ਇੱਕ ਬਿੱਲੀ ਹਾਂਜੀ ਤੇ ਇੱਕ ਖਾਨ ਸਾਹਿਬ ਇਹਨਾਂ ਨੂੰ ਜ਼ਿੰਦਗੀ 'ਚ ਨਾ ਛੇੜੋ ਇਹਨਾਂ ਦੀ ਜਿਹੜੀ ਵੱਦਵਾ ਸਿੱਧੀ ਅਰਸ਼ਤੇ ਜਾਂਦੀ ਆ ਰਾਜ ਰਕਾ ਵੱਡੀ ਕੋਈ ਨਹੀਂ ਹੁੰਦੀ ਤੇਰੀ ਖੈਰ ਹੋ ਜਾ ਜਿੰਨੇ ਤੁਹਾਨੂੰ ਸਤਾਉਣਾ ਨੇ ਸੁਖ ਨਹੀਂ ਪਾਉਣਾ ਹਾਏ ਕੀ ਬਾਤ ਆ ਤਕਨੀਕ ਬ੍ਰੀਗਾਡਰ ਅਸੀਂ ਯਾਰ ਦੀ ਖੈਰ ਹੋਵੇ ਭਾਈ ਅਸੀਂ ਸੋਚਿਆ ਸੀਗਾ ਵੀ ਇਹਦੇ ਘਰ ਚ ਆ ਕੇ ਸ਼ਿਕਾਇਤ ਕਰੀਏ ਅਸੀਂ ਇੱਕ ਦਿਨ ਚਲੇ ਗਏ ਇਹਨਾਂ ਦੇ ਉੱਥੇ ਘਰ ਅੱਛਾ ਅੱਗੇ ਇਹਦਾ ਬਾ ਟੱਕਰ ਗਿਆ ਉਹ ਵੱਡੇ ਰਾਣਾ ਸਾਹਿਬ ਵੱਡੇ ਰਾਣਾ ਸਾਹਿਬ ਓਏ ਹੋਏ ਬੜਾ ਪੰਚਾਇਤੀ ਆਦਮੀ ਜੇ ਇੰਤਹਾਈ ਨਲਾਇਕ ਬੰਦਾ ਹੈ ਓਏ ਉਹਨੂੰ ਤਾਂ ਖਾਣ ਪੀਣ ਦੀ ਤਮੀਜ਼ ਨਹੀਂ ਹੈ ਅੱਛਾ ਜੀ ਆਪਣੇ ਇੰਜ ਕਰਕੇ ਕੋਲੇ ਬਾਲ ਕੇ ਉੱਥੇ ਬੈਠਾ ਅਸੀਂ ਗਏ ਉੱਥੇ ਦੋਵੇਂ ਜਣੇ ਜਾ ਕੇ ਉਹਨੂੰ ਦੱਸਿਆ ਰਾਣਾ ਸਾਹਿਬ ਆਪਣੇ ਮੁੰਡੇ ਨੂੰ ਤਾਂ ਸਮਝਾਓ ਕਹਿੰਦਾ ਸਮਝਾਉਣਾ ਉਹਨੂੰ ਕੀ ਆ ਉਹ ਤਾਂ ਪਹਿਲੇ ਬਹੁਤ ਸਮਝਦਾਰ ਆ। ਅੱਛਾ ਮੈਂ ਕਿਹਾ ਕਿਹੜੀ ਗੱਲ ਕਰ ਰਹੀ ਤੁਸੀਂ ਐਸਾ ਬੇਹਦਾਇਤਾ ਆਪ ਕੋਲੇ ਵਾਲੇ ਨੇ ਸਾਨੂੰ ਉੱਥੇ ਬਿਠਾ ਲਿਆ ਸਾਡੀ ਮੈਂ ਕਿਹਾ ਪਤਾ ਨਹੀਂ ਗੱਲ ਸੁਣਨ ਲੱਗ ਗੱਲ ਉਹਨੇ ਘੱਟਾ ਸੁਣਨੀ ਸੀ ਖਾਣ ਪੀਣ ਤੋਂ ਬਗੈਰ ਨਹੀਂ ਆਉਣ ਦਿੰਦਾ। ਉਹ ਇੰਨਾ ਅਨੇਕ ਬੰਦਾ ਮਰੇ ਐ ਤੇ ਛੋਟਾ ਰਾਣਾ ਤੇ ਜਿਹੜਾ ਨਾ ਰਾਣਾ ਜਾਜ ਇਹ ਤੇ ਮਸਕਰੀਆਂ ਕਰਦਾ ਨਾ ਉਹ ਜਾਇਦਾਦ ਖੁੱਲੀ ਆ ਸਾਰੀ ਦਿਹਾੜੀ ਪਿੰਡ ਚ ਵੇਲਾ ਫਿਰਦਾ ਤੰਗ ਕਰਦਾ ਲੋਕਾਂ ਨੂੰ ਵੱਡੇ ਰਾਣਾ ਸਾਬ ਬੜੇ ਬੀਬੇ ਨੇ ਇੰਤਹਾਈ ਬੇਵਾਕੂਫ ਆਦਮੀ ਨੇ ਜਾਹਨੂ ਤੇ ਮਾਸਮੌਸਮ ਦੀ ਵੀ ਸਮਝ ਨਹੀਂ ਉਹਨਾਂ ਨੂੰ ਆਪ ਕੋਲੇ ਵਾਲੇ ਆ ਸਾਨੂੰ ਕਹਿੰਦਾ ਰੋਟੀ ਖਾਣੀ ਹੈ ਕਿ ਨਹੀਂ ਮੈਂ ਕਹਿੰਦਾ ਨਹੀਂ ਕੋਈ ਐਸੀ ਗੱਲ ਨਹੀਂ ਰਾਣਾ ਸਾਹਿਬ ਖਾ ਕੇ ਹੀ ਆਏ ਹਾਂ ਕਹਿੰਦਾ ਕੁਝ ਫੇ ਪੀ ਲਓ ਮੈਂ ਕਹਿੰਦਾ ਚਲੋ ਅੱਛਾ ਕੁਝ ਚਲੋ ਕੁ ਚਾਹ ਜਾਂ ਕਾਬਾ ਆ ਬੜੀ ਚਾਹ ਠੰਡ ਜਿੰਨੀ ਹੈ ਐਸਾ ਬੇਹਦ ਹਿਤਾ ਉਹ ਲੰਮੂ ਜਿਹਾ ਆ ਗਿਆ ਉਥੋਂ ਮੰਗਵਾ ਲਏ ਇਹਨਾਂ ਨੇ ਅੱਧਾ ਕਿਲੋ ਨਿੰਬੂ ਹੋਏ 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 ਬਸ ਤੇ ਸਕੰਜਵੀ ਹੈ ਕਿ ਹੈ ਜੋੜੀ ਸਕੰਜਵੀ ਉਤੋਂ ਕਹਿੰਦਾ ਤੇਜ਼ ਬਰਫ਼ ਰੱਖ ਕੇ ਪਾਓ ਹੇ 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 ਉਹ ਮਰ ਗਿਆ ਉਤੋਂ ਮਰਾਸੀ ਦੇ ਉਤੋਂ ਤੁਹਾਡੇ ਅੱਖਾਂ ਦੇ ਸਾਹਮਣੇ ਵਾਕਿਆਤ ਕੀਤੇ ਬਹੁਤ ਬਹੁਤ ਸਭ ਤੁਸੀਂ ਮਰ ਕਿਉਂ ਨਹੀਂ ਗਏ ਬਰਬਾਦ ਗਿਆ ਸਾ ਅਗਲੀ ਤਾਂ ਗੱਲ ਸੁਣਦਾ ਸਾ ਓਏ ਅਗਲੀ ਤਾਂ ਗੱਲ ਸੁਣਦਾ ਉਹਨੇ ਕੱਲੀ ਸਕੰਜਵੀ ਤੇਜ਼ ਬਰਫ਼ ਵਾਲੀ ਨਹੀਂ ਹਾਂ ਉੱਥੇ ਸਟੈਂਡ ਵਾਲਾ ਪੱਖਾ ਵੀ ਲਾਤਾ ਘੁੰਮਣ ਵਾਲਾ ਮਾੜੀ ਗੱਲ ਰਾਣੇ ਨਾ ਬੇਤਰਤੀਬੇ ਹਦਾਇਤ ਆਜ ਤਾਂ ਮੈਂ ਬੇਤਰਤੀਬੇ ਜਿੱਦਾਂ ਦਾ ਇਹਦਾ ਪਿਓ ਨੈਸ਼ ਆਉਂਦਾ ਦੀ ਇਹਦਾ ਲਾਦਾ ਹਾਂ ਜੈਸੀ ਕੋਕੋ ਵੈਸੇ ਉਹਦੇ ਬੱਚੇ ਤੁਸੀਂ ਚਾਹੁੰਦੇ ਆ ਰਾਣੇ ਜਾਜ ਤਾਂ ਤੁਹਾਡੀ ਜਾਨ ਛੁੱਟ ਜੇ ਤੁਹਾਨੂੰ ਛੇੜੇ ਨਾ ਪਿੰਡ ਚ ਤੰਗ ਨਾ ਕਰੇ ਤੇਰੇ ਬੱਚੇ ਜੀ ਤੇਰੇ ਬੱਚੇ ਜੀ ਇਹ ਸਾਡੇ ਵਿੱਚ ਨੇਕੀ ਕਰੇਗਾ ਮੈਂ ਕਹਿੰਦਾ ਨੇਕੀ ਕਰੇਗਾ ਤੂੰ ਤੁਸੀਂ ਅਗਰ ਚਾਹੁੰਦੇ ਹੋ ਕਿ ਇਹ ਤੁਸੀਂ ਆਉਂਦੇ ਹੋਵੋ ਤੁਹਾਨੂੰ ਵੇਖ ਕੇ ਰਸਤਾ ਬਦਲ ਲਵੇ ਹਾਏ 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 ਤੁਸੀਂ ਚਾਹੁੰਦੇ ਆ ਕਿ ਤੁਹਾਡੀ ਆਵਾਜ਼ ਸੁਣ ਕੇ ਸੌ ਸੌ ਦੂ ਕੋ ਦੌਰ ਜਵੇ ਤੇ ਤੁਸੀਂ ਮਿਲੋ ਇਹਨਾਂ ਦੀ ਦਾਦੀ ਨੂੰ ਉਹ ਕੌਣ ਓਏ ਵੱਡੇ ਰਾਣਾ ਸਾਹਿਬ ਦੀ والدہ ਮੈਂ ਐਸੀ ਔਰਤ ਆਪਣੀ ਜ਼ਿੰਦਗੀ ਚ ਪੰਚਾਇਤੀ ਨਹੀਂ ਵੇਖੀ ਉਹ ਕਤਲਾਂ ਦੇ ਫੈਸਲੇ ਉਹ ਜਿਹੜਾ ਫੈਸਲਾ ਅਦਾਲਤ ਕੋ ਨਹੀਂ ਨਾ ਹੁੰਦਾ ਉਹ ਅਸੀਂ ਦਾਦੀ ਕੋ ਹੁੰਦਾ ਵੇਖਿਆ ਏਡੀ ਇਨਸਾਫ ਪਸੰਦ ਹਾਏ 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 ਏਡੀ ਇਨਸਾਫ ਪਸੰਦ ਚਲੇ ਜਾਓ ਦਾਦੀ ਦੇ ਉੱਥੇ ਬੈਠਣ ਦਾ ਟਾਈਮ ਹੋ ਗਿਆ ਤੁਹਾਡਾ ਅੱਜ ਫੈਸਲਾ ਹੋ ਜਾਏਗਾ ਮੈਂ ਕਹਿੰਦਾ ਰਾਣਾ ਤੂਣਾ ਜੀ ਨਜ਼ਰ ਨਹੀਂ ਆਏਗਾ ਲੋ ਜੀ ਜਦੋਂ ਅਖਬਾਰ ਨੂੰ ਹੱਥ ਲਾ ਲਓ ਅੱਗੇ ਆਹ ਇਲੈਕਸ਼ਨਾਂ ਦਾ ਚੀ ਚਕਿਆੜਾ ਪਿਆ ਕਿ ਅੱਲਾ ਦੇ ਉੱਪਰ ਦੇ ਉਹ ਲਖਸ਼ ਲੋੜੇ ਆ 50 ਸਾਲਾਂ ਬਾਅਦ ਉਹ ਆਪਸ ਦੇ ਵਿੱਚ ਸਾਰੇ ਭੈਣ ਭਰਾਵਾਂ ਲੜਾਈਆਂ ਝਗੜੇ ਵੇਖੋ ਤੇ ਸਹੀ ਰਾਕਿਸਰਾ ਦਕਾਨਾਂ ਤੇ ਫਟਿਆ ਤੇ ਬੂੜੇ ਢਾ ਕੇ ਬੈਝਲਦੇ ਆ ਕਿ ਅੱਲਾ ਦੇ ਉਹ ਬਲਦੇ ਉਹ ਬੱਲੇਦਾਰੀਆਂ ਇਹ ਜਿਹੜਾ ਤਲਕ ਹੁੰਦਾ ਉਹ ਬੜੀ ਉਹ ਕੌਣ ਆ ਗਿਆ ਉਹ ਲੱਗਿਓ ਭਾਈ ਲੱਗਿਓ ਆਜੋ ਭਾ ਸਾਹਿਬ ਆਉ ਦਿਓ ਆਜੋ ਪਤਾ ਨਹੀਂ ਕਿਦਾਂ ਰੌਲੇ ਬੋਕੜੇ ਆ ਮੁਲਾਕਾਤ ਵਿੱਚ ਆ ਆ ਜੜੇ ਅਦਾ ਪਾਸ ਕੋਲੋਂ ਵੇ ਤੋਂ ਨਵਾਂ ਹੀ ਕੰਮ ਪਿਆ ਹੁੰਦਾ ਓਏ ਆਜੋ ਬਿਸਮਿਲਲਾ ਅਰੇ ਖੈਰ ਹੋਵੇ ਜੀ ਭਲਾ ਹੋਵੇ ਜੀਉਂਦੇ ਰਹੋ ਸਾਰੇ ਆਜੋ ਮਾਰੇ ਕੈਮ ਰਾਨ ਆ ਭਾੜੇਓ ਇੱਧਰ ਆਜੋ ਓ ਨਹੀਂ ਜੀ ਖੈਰ ਹੋਵੇ ਜੀ ਆ ਸ਼ਰਾਜ ਉਹ ਪੁੱਤ ਬਾਹਰੋਂ ਕੁਲਢੀ ਲਾਦੇ ਓਏ ਇੱਧਰ ਆ ਯਾਰ ਤੁਸੀਂ ਕਿਤੇ ਰੋਜ ਆਉਣਾ ਭਾੜੇਓ ਇੱਧਰ ਆਓ ਓ ਮੇਰੀ ਗੱਲ ਸੁਣੋ ਖਾਨ ਸਾਹਿਬ ਅੱਜ ਜਰਾ ਮੈਂ ਨੇ ਖਾਲਸਾ ਸਾਹਿਬ ਤੁਸੀਂ ਜਾਂ ਰਾਣਾ ਸਾਹਿਬ ਨੂੰ ਜਾਓ ਮਾਫ ਕੀਤਾ ਤੁਸੀਂ ਅੱਜ ਰਾਣੇ ਨੂੰ ਖਾਲਸਾ ਸਾਹਿਬ ਕਹਤਾ ਤੁਸੀਂ ਕਿਤੇ ਸਾਡੇ ਕੋਲ ਰੋਜ ਆਉਣਾ ਇੱਧਰ ਬਰੋ ਇੱਥੇ ਆ ਕੇ ਬਰੋ ਫਸ ਗਿਆ ਜੀ ਤੁਸੀਂ ਕੰਦਾ ਤੇ ਕਰ ਲੈਣਾ ਆਜੋ ਆਜੋ ਪੈੜਿਓ ਆਜੋ 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 ਓਏ ਆਜੋ ਆਜੋ ਬੈਠੋ ਫੇਰ ਜਿੱਥੇ ਨੈਸ਼ਨਲ ਚਲ ਤਸ਼ਰੀਫ ਰੱਖੋ ਬਹਿ ਜਾਓ ਬਸ ਹਾਂ ਐਵੇਂ ਲੰਗਦਿਆਂ ਲੰਗਦਿਆਂ ਹੀ ਮੈਂ ਕਹਾਂ ਚਲੋ ਦੀਦਾਰ ਹੋ ਜੇ ਤੁਹਾਡਾ ਸਾਹਿਬ ਇਹ ਅੱਲਾਹ ਨੇ ਬਲਾਫ ਕਰਾਉੜੇ ਹੁੰਦੇ ਆ ਇਹ ਕਿਤੇ ਬਲਦੇ ਆਪ ਕਰਾਉਂਦੇ ਆ ਤੁਸੀਂ ਇੱਥੋਂ ਲੰਘੇ ਆ ਤੇ ਤੁਸੀਂ ਕਿਹਾ ਕਿ ਰਾੜੇ ਨੂੰ ਮਿਲਦੇ ਜਾਈਏ ਤੇ ਭੈਣੇ ਤੁਸੀਂ ਕਿਤੇ ਰੋਜ ਆਉਣਾ ਹਾਂਜੀ ਤਕਦੀਰ ਦੇ ਚੱਕਰ ਚੱਲੇ ਨਾ ਜੀ ਫਿਰਾਂ ਦੀ ਤਕਦੀਰ ਘੇਰ ਕੇ ਲਿਆਉਂਦੀ ਆ ਉਹ ਬਸ ਚੱਕਰਾਂ ਨੂੰ ਚੱਕਰਾਂ ਨੂੰ ਛੱਡਦੇ ਹੋ ਚੱਕਰ ਆ ਕੇ ਅੱਖਾਂ ਪੈ ਗਈ ਆ ਜੀ ਆ ਬਲਦਿਆਂ ਦੀ ਹੋ ਜਾਂਦੀ ਆ ਤੇਰੀ ਕਿੰਨੇ ਕੁੱਤਿਆਂ ਜਿਹਾ ਗੰਡ ਮਾਰਤੀ ਆ ਖੁੱਲ ਕੇ ਬੈਤੋ ਕਿਸਾ ਘਰ ਦੇ ਆਇਆ ਉਹ ਤੂੰ ਰਾਲੇ ਆਇਆ ਲਾਲੇ ਤੁਸੀਂ ਕਿਤੇ ਰੋਜ ਆਲਾ ਭੈੜਿਓ ਨਹੀਂ ਜੀ ਨਹੀਂ ਰੋਜ ਕਿੱਥੇ ਆ ਹੁੰਦਾ ਜੀ ਬਸ ਅਸੀਂ ਨਾ ਸਾਡੀ ਕਿਸਮਤ ਮਾੜੀ ਅਸੀਂ ਐਨੂ ਆ ਗਏ ਆਏ ਹਾਏ ਹਾਏ ਲਾਲਦਰ ਖਾਨ ਸਾਹਿਬ ਤੁਹਾਨੂੰ ਮਾਫ ਆਖਿਆ ਸੀ ਕਿ ਸਿੱਧੇ ਬਾਉਕ ਚਲੀਏ ਯਾ ਕਿ ਤੇ ਦਾਦੀ ਦਾ ਪਤਾ ਕਰ ਲੋ ਔਰ ਕਿਧਰ ਤੁਸੀਂ ਆ ਬਾਉਕ ਕੀ ਹੁੰਦਾ ਕਿ ਬਾਉਕ ਕੀਤੇ ਨਹੀਂ ਸਵੇਰ ਦੀ ਕੁੱਤਿਓ ਹੋੜ ਆ ਕੋਟਾ ਬਾਉਕ ਕਰਨ ਦਾ ਅਰੇ ਜੀ ਅਸੀਂ ਖਾਨ ਸਾਹਿਬ ਲੋਗ ਆ ਜਰਾ ਧੁੱਪੇ ਧੁੱਪੇ ਨਿਕਲਣਾ ਹੁੰਦਾ ਸਵੇਰੇ ਨਹੀਂ ਅਸੀਂ ਘਰੋਂ ਨਿਕਲਦੇ ਉਹ ਪੈੜੇ ਉਹ ਅੱਲਾ ਬਲਾਉਲ ਵਾਲਾ ਹੁੰਦਾ ਲਓ ਮੈਂ ਹੁਣ ਚੱਲਾਂ ਸੀ ਕਿਤੇ ਕੰਮ ਅੱਛਾ ਮੈਂ ਆਕਾ ਜਰਾ ਅਖਬਾਰ ਪੜ ਲਵਾ ਅਖਬਾਰ ਮੈਂ ਪੜ ਦਿਆ ਪੜ ਦਿਆ ਮੇਰੇ ਕੰਨਾਂ ਚ ਚੈਲਜ ਦੀ ਰਸੀਲੀ ਜੀ ਆਵਾਜ਼ ਪਈ ਆ ਵਾਕਿਆ ਜੀ ਤੇ ਪਿੰਡ ਦੇ ਹੀ ਲੱਗਦੇ ਆ ਤੇ ਤੁਸੀਂ ਹੁਣ ਕਿਤੇ ਕੰਮ ਚੱਲੇ ਹੋ ਅੱਡੇ ਹੁਣ ਮੈਂ ਕਿੱਥੇ ਜਾਣਾ ਹਾਂ ਤੁਸੀਂ ਆ ਗਏ ਆ ਨਹੀਂ ਤੁਸੀਂ ਕਿੱਥੇ ਜਾ ਰਹੇ ਹੋ ਜਾਣਾ ਬੈ ਜਾ ਬੈ ਜਾ ਤੋ ਅਲਾ ਦਾ ਮਾਮਾ ਅਫਰੀਕਾ ਦਾ ਕੁੱਤਾ ਬਣਿਆ ਮੈਂ ਜਾ ਚੁੱਪ ਕਰਕੇ ਤਾ ਰਣਾ ਸਾਹਿਬ ਦੱਸੋ ਖਾੜਾ ਪੀੜਾ ਕੀ ਆ ਮੈਂ ਖੈਰ ਹੋਵੇ ਖੈਰ ਹੋਵੇ ਸਾਹਿਬ ਵਾਲਾ ਤੇ ਕਾਣੇ ਤੇ ਡੇਰੇ ਦਾ ਸੋਲਾ ਪੁੱਤ ਹੋਇਆ ਮੈਂ ਕਦੀ ਬਲਦੇ ਨਾ ਮੈਂ ਖਾਣ ਤੋਂ ਬਗਾਰ ਤੇ ਜਾਲ ਦਿੱਤੇ ਬਾ ਕਦੀ ਪੀੜ ਤੋਂ ਬਗਾਰ ਨੇ ਜਾਲ ਅੱਜ ਖੈਰ ਹੋਵੇ ਪਰਾ ਹੋਵੇ ਤੁਹਾਡਾ ਅਸੀਂ ਪੀਤਾ ਵੀ ਅਸੀਂ ਭਰਪੂਰ ਰਜੇ ਆ ਸਾਹਿਬ ਸਾਹਿਬ ਤਾ ਖੈਰ ਹੋਵੇ ਤੁਸੀਂ ਕਹਿੰਦਾ ਸਾਨੂੰ ਸਾਰੀ ਜ਼ਿੰਦਗੀ ਤੁਹਾਡੀ ਹੱਥ ਜੋੜਦੇ ਆ ਲੱਗ ਜਾੜੀ ਆ ਮਾ ਕੁੱਤੇ ਕਿਤੇ ਪੈਸੇ ਜੜੋ ਪੈ ਕਿੱਥੇ ਕਹਤਾ ਗੱਡੇ-ਗੱਡੇ ਲੋ ਵਕਤ ਹੈ ਕਹਤਾ ਗੱਡਾਰਾ ਸੀ ਕਿਤੇ ਜਾਓ ਖ਼ਬਰ ਲੈ ਜਾਓ ਨਾਲ ਉਹ ਜਲੇ-ਜਲੇ ਆ ਤੁਸੀਂ ਫੋਰ ਆਏ ਆ ਤੇ ਬੈਦਾ ਬਲਦਾ ਚਗਾ ਤੇ ਨਹੀਂ ਲੱਗਦਾ ਕਿ ਰਾਣੇ ਦੇ ਡੇਰੇ ਤੇ ਮਹਿਬਾਨ ਆਏ ਹੁਣ ਤੇ ਰਾਣਾ ਛੱਡ ਕੇ ਚਲੇ ਲੱਗ ਲੇਕਿਨ ਰਾਣਾ ਸਾਹਿਬ ਤੁਸੀਂ ਜਾਓ ਅਸੀਂ ਫੇਰ ਆ ਜਾਾਂਗੇ ਹੁਣ ਤੁਸੀਂ ਕਿੱਥੇ ਜਾਣਾ ਹੁਣ ਤੁਸੀਂ ਰਾਤ ਨਹੀਂ ਜਾਣਾ ਰਾਤ ਰਾਣੇ ਦੇ ਕੋਲ ਰੜਾ ਕਿਉਂ ਤਵੇਰੇ ਤੁਸੀਂ ਇਹ ਸਾਰਾ ਡੇਰਾ ਢੋਣਾ ਆ ਵਾਲਾ ਆ ਅੱਛਾ ਜੀ ਤੇ ਆ ਗੱਡੀਆਂ ਤੋੜਿਆ ਸਵੇਰੇ ਆਲੜਾ برف ਦੇ ਤਿਲ ਬਲਾਕ ਹੈ ਜੀ ਉਹ ਬਰਫ਼ ਦੇ ਜਿਹੜੇ ਦੇਖੇ ਜੇ ਟੁਕੜੇ ਆ ਨਾ ਉਹ ਵੀ ਸਾਰੀ ਖੋਰਰੀ ਟੱਪਾ 'ਚ ਪਾ ਕੇ ਅੱਛਾ ਠੰਡੇ ਪਾਣੀ ਦੇ ਨਾਲ ਗੱਡੀਆਂ ਧੋੜੀਆਂ ਉਹ ਤੁਹਾਡੀ ਅਕਲ ਤੇ ਨਹੀਂ ਮਾਰੀ ਗਈ ਕਿਤੇ ਉਹ ਰਾਣਾ ਸਾਹਿਬ ਉਹ ਗਰਮ ਪਾਣੀ ਦੇ ਨਾਲ ਗੱਡੀ ਧੋਏ ਤੇ ਗੱਡੀ ਸੋਹਣੀ ਚਮਕ ਜਾਂਦੀ ਐ ਉਹ ਖਾਸ ਸਾਹਿਬ ਉਹ ਸਿਆੜਿਆ ਦੀ ਗੱਲ ਨਹੀਂ ਸੁਣੀ ਕੀ ਤਤੀ ਚਲਾਓ ਤੇ ਠੰਡੀ ਨਵਾਓ ਅੱਛਾ ਜੀ ਚਲਾਉਣੀ ਤਤੀ ਚਾਹੀਦੀ ਐ ਨਵਾਉਣੀ ਠੱਲੀ ਚਾਹੀਦੀ ਐ ਹਾਏ ਹਾਏ ਐ ਕੈਸੀ ਗੱਲ ਕਰ ਰਹੇ ਹੋ ਇਹ ਕਿਹੜਾ ਕੰਮ ਐ ਇਹ ਤੁਹਾਡੀ ਗੱਡੀ ਨੂੰ ਜਰਕਾਨ ਹੋਇਆ ਅੱਲਾ ਮਾਫ ਕਰੇ ਉੱਤ ਤੇਰੇ ਮੋਹ ਦਾ ਵੇ ਚਖੇ ਓਏ ਕੀ ਰਾੜੇ ਦੀਆਂ ਗੱਡੀਆਂ ਨੂੰ ਚਰਕਾਲ ਕਰਾਉਂ ਡਿਆ ਬਾਰ-ਬਾਰ ਲੱਤਰ ਤੇਰਾ ਮੂੰਹ ਮੁੰਬੇ ਵਰਗਾ ਕਰ ਦੇਣਾ ਖੋਤੇ ਆ ਜਿਆ ਆ ਮੇਰੀ ਗੱਲ ਸੁਣੋ ਕਾਹਦਾ ਗੁੱਸਾ ਕਰ ਰਹੇ ਆ ਕੋਈ ਨਹੀਂ ਬੱਚਾ ਆਪਣਾ ਚਲੋ ਅੱਲਾ ਖਾਨ ਸਾਹਿਬ ਤੁਹਾਡਾ ਕਰਕੇ ਰ ਛੱਡਿਆ ਜਾ ਜਾ ਤੈਨੂੰ ਮਾਫ ਕੀਤਾ ਜਾ ਜਾ ਕਿ ਜਾੜਾ ਕਿੱਥੇ ਜਾੜਾ ਕਿੱਥੇ ਹੁਣ ਤੁਸੀਂ ਬੈਠੋ ਕਿਹਾ ਨਹੀਂ ਵੀ ਜਾਓ ਖਾਨ ਸਾਹਿਬ ਬੈਠੋ ਤੇ ਗੱਲ ਕੀਤੀ ਆ ਕੀ ਕਿ ਐਸੀ ਵੀ ਤੁਹਾਡੀ ਮੰਨ ਲਈ ਜਾਓ ਹੁਣ ਤੁਸੀਂ ਕਿਤੇ ਵੀ ਜਾਣਾ ਕਿਉਂ ਅਸੀਂ ਕਸੂਖਾੜਾ ਪੀੜਾ ਕੀ ਆ ਨਹੀਂ ਸਾਹਿਬ ਤੁਹਾਡੇ ਵਾਸਤੇ ਜਦੋਂ ਤੁਸੀਂ ਸਵੇਰੇ ਗੱਡੀਆਂ ਗੋਟੜਾ ਲਾ ਤੇ ਵੱਡਾ ਡੋਲਵਲ ਲੱਸੀ ਦਾ ਵਗਾਇਆ ਕੱਲ ਪਿੰਡੋਂ ਅੱਛਾ ਉਹਦੇ ਉੱਤੇ ਐਡੀ ਐਡੀ ਭੋਟੀ ਮੈਂ ਤੁਹਾਨੂੰ ਕੀ ਦੱਸਾਂ ਕੀ ਦੱਸਣਾ ਮਿਲਾਈ ਜੀ ਬੁਲਾਈ ਰਹੀ ਅੱਲਾ ਰਹਿਮ ਕਰੇ ਬੁਲਾਈ ਕਿੱਥੋਂ ਆ ਗਈ ਐਡੀ ਐਡੀ ਭੋਟੀ ਪਰਬ ਜੱਵੀ ਮੈਂ ਹੁਣ ਵੇਖ ਕੇ ਆਇਆ ਬਹੁਤ ਸਵੈਰੇ ਤੁਸੀਂ ਡੋਲ ਡੋਲ ਪੀੜਾ ਆ ਬੱਸ ਕਰੇ ਰਣੇ ਸਾਹਿਬ ਸਾਨੂੰ ਤਾਂ ਸੁਣ ਕੇ ਛੱਡ ਗਏ ਲੱਗ ਗਈ ਈ ਹੋਰਿਆ ਗੋਰਾ ਸਾਹਿਬ ਤਾਂ ਲਵੇ ਪੌਲਦੀ ਜ਼ਾਤ ਉਹ ਪਾੜਿਆ ਸਵੇਰੇ ਸਵੇਰੇ ਤੁਸੀਂ ਡੋਲ ਡੋਲ ਪੀੜਾ ਉਹ ਨਹੀਂ ਪੀਂਦੇ ਪਾੜਿਆ ਵੇਖਦਾ ਆ ਤਾਂ ਮੈਨੂੰ ਲੱਗਦਾ ਹੀ ਬਵਾਰ ਆ ਉਹ ਤੋਂ ਚਾਰ ਦਿਨ ਮਰ ਕੋ ਕਿਤੇ ਰਹਿ ਜਾਵੇ ਨਾ ਤੇ ਪੰਜਵੇਂ ਦਿਨ ਤੇਨੂੰ ਇੱਥੇ ਬਲਜਾ ਤੇ ਲਜਾੜ ਬਾਤ ਤੈਨੂੰ ਦੱਸ ਉਹ ਤੋ ਮੈਂ ਤੈਨੂੰ ਜੁੱਤੀਆਂ ਬੜੀਆਂ ਤੁਸੀਂ ਹੀ ਖਾਸ ਸਾਹਿਬ ਜਾਣਾ ਉਹ ਤੁਸੀਂ ਲੱਸੀ ਪੀੜੇ ਜਾਂ ਸਵੇਰੇ ਤੇ ਹੋਲ ਦਾ ਦੱਸੋ ਹੋਲ ਦਾ ਦੱਸੋ ਹੋਲ ਦਾ ਹੁਣ ਸੁਣ ਅਸੀਂ ਆਏ ਆ ਵੱਡੀ ਬੀਬੀ ਨੂੰ ਮਿਲਣ ਵਾਸਤੇ ਹਾਂ ਬੀਬੀ ਰਾਣੀ ਨਹੀਂ ਆ ਬੀਬੀ ਰਾਣੀ ਨੂੰ ਮਿਲਣਾ ਹੈ ਅੱਛਾ ਤੁਸੀਂ ਹੁਣ ਅੰਮੀ ਰਾਣੀ ਕੋ ਮਿਲਣ ਆਏ। ਹਾਂ। ਕਿਉਂ ਖੈਰ ਆ? ਆ ਖੈਰ ਆ ਉਹਨਾਂ ਨਾਲ ਸਾਨੂੰ ਨਾ ਇੱਕ ਕੰਮ ਸੀ। ਛੋਟਾ ਜਿਹਾ ਕੰਮ ਆ। ਤੁਹਾਡੀ ਮਿਹਰਬਾਨੀ ਐ ਸੀ ਉਹਨਾਂ ਨੂੰ ਨਾ ਬੜਾ ਜ਼ਰੂਰੀ ਮਿਲ ਕੇ ਜਾਣਾ ਚਾਹੀਦਾ। ਤੁਹਾਡੀ ਮਿਹਰਬਾਨੀ। ਤੇ ਹੁਣ ਤੁਸੀਂ ਮੈਨੂੰ ਅੰਮੀ ਰਾਣੀ ਕੋ ਜੁੱਤੀਆਂ ਵਰਵਾਉੜੀਆਂ। ਉਹਦੇ ਕਿਹੜਾ ਕਾਕਾ ਮੁੰਡਿਆਂ ਨੂੰ ਆਜਾ ਦਿੱਕਰ ਖਵਾਇਆ ਪਿਆ ਆ ਕੁਛ ਨਹੀਂ। ਨਹੀਂ ਕੁਛ ਨਹੀਂ ਆ ਵੇਖੋ ਐਸੀ। ਲੈ ਇੱਥੇ ਕੋਸ਼ ਖਾ ਲਓ। ਜੇ ਮੈਨੂੰ ਬਰਰਾਤ ਅਮੇਂ ਰਾਣੀ ਬੜੇ ਸਖਤ ਹੈਗੇ ਜੀ ਚਾਹੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਵੱਡੇ ਰਾੜੇ ਦੇ ਆਏ ਬਹਿਵਾਲਾ ਦੀ ਇੱਜ਼ਤ ਨਹੀਂ ਕੀਤੀ ਤੁਹਾਨੂੰ ਪਤਾ ਨਹੀਂ ਹੈਗਾ ਅਸੀਂ ਉਹਨਾਂ ਨੂੰ ਦੱਸ ਦਿਆਂਗੇ ਇਹ ਸਾਡੀ ਬਹੁਤ ਖਾਤਰਤ ਵਾਲਾ ਅੱਜ ਅੱਜ ਫਿਰ ਤੁਖਬ ਲਗਾ ਚੱਲੇਗੀ ਹਾਂਜੀ ਨਾਲ ਗੋਦ ਗਤੀਰਾ ਓ ਬੱਸ ਕਰੋ ਮੇਰੀ ਗੱਲ ਸੁਣੋ ਓ ਚਲੋ ਅੱਜ ਚੀਤੀ ਨਹੀਂ ਪਾਲਦੇ ਅੱਜ ਸ਼ੱਕਰ ਪਾ ਲੈਂਦੇ ਆ ਓ ਰਾਣਾ ਸਾਹਿਬ ਕੀ ਹੋ ਗਿਆ ਰਾਣੋ ਪੀ ਲਓ ਤੁਸੀਂ ਕਿਤੇ ਰਾੜੇ ਵਾਲ ਰੋਜ ਆਉੜਾ ਓ ਮੇਰੀ ਗਲਤੀ ਸੀ ਓਇਆ ਮੈਨੂੰ ਦੱਸ ਦਿਓ ਓਆ ਮਰਾਸੀ ਆ ਕਿ ਬਗਣ ਵਾਲਾ ਓਇਆ ਮਰਾਸੀ ਹੈ ਸਾਡਾ ਇਹ ਤੁਸੀ ਹੋਰ ਦਿਲ ਰਾਮ ਕਰੇਗੀ ਤੁਹਾਨੂੰ ਐਡਵੋਕੇਟ ਲੱਗਣ ਦਾ ਹੋਇਆ ਫਿਰ ਉਹ ਦੱਸੋ ਕਿ ਆ ਟੋਪੀ ਆਈ ਆ ਜਾਂ ਤੁਸੀਂ ਸਿਰ ਤੇ ਦਿੱਕੀਆਂ ਕਸ਼ਤੀਆਂ ਰੱਖੀਆਂ ਕਾਕਾ ਰਣੇ ਸਾਹਿਬ ਉਹ ਬੇਹਦ ਹੈ ਤੇ ਉਹ ਤੁਹਾਨੂੰ ਜ਼ਰਾ ਤਮੀਜ਼ ਨਹੀਂ ਹੈ ਲੈ ਲੋ ਤੁਸੀਂ ਰਾੜੇ ਦੇ ਆਲ ਕੇ ਰਾੜੇ ਦੇ ਫੇਸ ਟੂ ਫੇਸ ਬੈਠ ਕੇ ਤੁਸੀਂ ਕਹਿ ਲੜਾ ਕਿ ਰਾਣਾ ਜੀ ਤੁਹਾਨੂੰ ਅਕਲ ਨਹੀਂ ਆ ਬੇਹਦਾਤੇ ਤੁਸੀਂ ਬੇਹਦਾਤੇ ਵੀ ਕਹਤਾ ਜਾ ਕਹਿ ਲੋ ਤੁਸੀਂ ਕਿਤੇ ਰਾੜੇ ਕੋ ਰੋਜ ਆਉਣਾ ਭੜਿਓ ਉਹ ਲੇਕਿਨ ਗੱਲ ਤੇ ਸੁਣ ਲੋ ਅਸੀਂ ਤੇ ਆ ਬਕਾਇਦਾ ਮੈਚਿੰਗ ਕੀਤੀ ਹੈ ਇਹ ਲਾ ਫਿਰ ਮੈਂ ਹੁਣ ਅੱभी ਰਾਣੀ ਨੂੰ ਬੁਲਾਉਣ ਲੱਗਾ ਅੱਛਾ ਜੀ ਆ ਖਬਰ ਮੈਂ ਇੱਥੋਂ ਤੱਕ ਪੜ ਲਈ ਆ ਆ ਥਲੜੀ ਸਾਰੇ ਤੋਂ ਪੜ ਲਏ ਆ ਠੀਕ ਹੈ ਤੇ ਜੇ ਮੈਨੂੰ ਇੱਕ ਵੀ ਲਫ਼ਜ਼ ਦੇ ਸ਼ਿਕਾਇਤ ਲਈ ਨਾ ਕਿ ਇੱਥੇ ਛੱਡ ਗਏ ਖਾਸਾ ਤੇ ਮੈਂ ਤੁਹਾਨੂੰ ਇੰਦੀਆਂ ਛੱਡਣੀਆਂ ਕਹਿ ਰਿਹਾ ਜੀ ਉਹ ਤੂੰ ਆਤੀ ਜੁੜੀ ਜਾਲਾ ਕ੍ਰਿਸ ਗਿਲਦੇ ਆ ਸਾਲਿਆ ਆ ਮੇਰੀ ਗਲਤੀ ਓਏ ਕੌਣ ਆਇਆ ਤੂੰ ਇੱਥੇ ਖਾਨ ਸਾਹਿਬ ਬੜਾ ਬਾੜਾ ਖਾਲ ਆ ਖਦਾ ਦੀ ਕਸਮ ਮੈਨੂੰ ਐਲਜ ਲੱਗਣ ਰਿਹਾ ਜਿਵੇਂ ਨਾ ਕਿਸੇ ਗੁਜਰ ਦੇ ਗੋਏ ਦਾ ਢਿੱਗ ਲਾਇਆ ਓਏ ਨਹੀਂ ਰਹਿਣਾ ਸਾਹਿਬ ਓ ਸਾਨੂੰ ਜੁਗਤਾ ਨਹੀਂ ਆਉਂਦੀਆਂ ਆ ਬਸ ਤੁਸੀਂ ਆਏ ਆ ਤੇ ਕਿਤੇ ਰਾਣੇ ਨੇ ਇੱਕ ਅੱਧੀ ਗੱਲ ਕਰਦੇ ਆਂ ਤੁਸੀਂ ਕਿਤੇ ਰਾਣੇ ਨਾਲ ਰੋਜ ਆਉਣਾ ਨਹੀਂ ਕੋਈ ਖੈਰ ਜਬ ਤੱਕ ਤੇਰੀ ਖੈਰ ਵੀ ਹੋਵੇ ਤੇਰੀ ਅੱਮਾ ਹਰਾਂ ਨੂੰ ਭੇਜੋ ਮੈਂ ਬਾਹਰ ਬੈਰੀ ਕੋਈ ਗੱਲ ਗੁਲੜੀ ਕਰ ਰੇ ਤੋਂ ਬਾਦ ਦੱਸਦੇ ਆਪਾਂ ਬਹੁਤ ਸਖਤ ਜੇ ਬਣੋ ਰਾਤ ਨੂੰ ਕੋਈ ਸਜਾ ਸਜੂ ਮਿਲੀ ਨਾ ਤਾਂ ਵਾ ਲਿੱਤਰ ਬੜੇ ਬਾਅਰ ਨੇ ਬਰਾਬਰ ਨਹੀਂ ਖੈਰ ਹੋਵੇ ਤੁਹਾਡੀ ਉਹ ਮੇਰਾ ਪਰਸ ਰਾਚ ਅੱਲਾਸੀ ਉਹ ਅੱਛਾ ਖੈਰ ਹੋਵੇ ਤੁਹਾਡੀ ਭਲਾ ਹੋਵੇਗੀ ਖੈਰ ਹੋਵੇ ਤੁਹਾਡੀ ਬਾਜੀ ਵਾ ਜਾਓ ਕਿਤੇ ਮਗਰੋਂ ਲੱਥੋ ਦੱਸਿਆ ਰੇ ਕਿਸਾ ਵੇਖਦਾ ਤਾਂ ਉਹ ਖਾਨ ਸਾਹਿਬ ਮੈਂ ਤੁਹਾਨੂੰ ਕਹਿੰਦਾ ਹੀ ਕਿ ਸੀਗਾ ਨਾ ਪਹਿਲੇ ਬੀਏ ਅੱਗੇ ਕਿਤੇ ਉਹ ਬੇਹਦਾਇਤ ਨਟਕ ਇਹ ਅੱਜ ਤਾਂ ਉਹ ਸਾਹਬ ਹੋਇਆ ਕਿ ਮੂਸਾ ਡਰਿਆ ਮੌਤ ਤੋਂ ਹਾਏ ਤੇ ਮੌਤ ਅੱਗੇ ਖੜੀ ਹਾਏ ਹਾਏ ਅਸੀਂ ਤਾਂ ਮਿਲਾਂ ਮਹਾਰਾ ਨੂੰ ਅਸੀਂ ਅੱਜ ਰਾਣੀ ਅਜਾਜ਼ ਦੀਆਂ ਸਾਰੀਆਂ ਸ਼ਿਕਾਇਤਾਂ ਲੌੜੀਆਂ ਬੈਗਲੇ ਬੀਬੀ ਸਾਡੀ ਜਾਨ ਛੜਾਵੇ ਅਸੀਂ ਬੀਬੀ ਦਾ ਪਾਣੀ ਭਰ-ਭਰ ਪੀ ਜਾਵਾਂਗੇ ਹਾਂ ਹਾਂਜੀ ਖੈਰ ਹੋਵੇ ਮੈਨੂੰ ਲੱਗਦਾ ਵੀ ਆ ਬੀਬੀ ਆ ਰਹੀ ਹੈ ਸਲਾਮ ਵਾਲੇਕਮ ਜੀ ਵਾਅਲੈਕਮ ਸਲਾਮ ਸਲਾਮ ਵਾਲੇਕਮ ਬੀਬੀ ਜੀ ਬੀਬੀ ਜੀ ਕੀ ਹਾਲ ਚਾਲ ਹੈ ਤੁਸੀਂ ਸੁਣਾਓ ਮੈਂ ਤਾਂ ਠੀਕ ਆ ਤੇਰਾ ਨੂੰ ਹੱਥ ਲਾ ਬੱਡੇ ਲੋਕ ਜੀ ਖੈਰ ਹੋਵੇ ਬੀਬੀ ਕੀ ਹੋਵੇ ਖੈਰ ਹੋਵੇ ਖਨਾ ਹੋਵੇ ਜੀ ਬੀਬੀ ਹੋਰ ਸੁਣਾਓ ਤੇਰਾ ਖੈਰਾ 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 ਤੁਹਾਡੀਆਂ ਆਉਣੀਆਂ ਹੋ ਗਈਆਂ ਅਸੀਂ ਨੇ ਤੁਹਾਡੇ ਨਾਲ ਇੱਕ ਜ਼ਰੂਰੀ ਕੰਮ ਸੀ ਸਾਨੂੰ ਫਰਿਆਦ ਲੈ ਕੇ ਆਏ ਆ ਜੀ ਤੁਹਾਡੇ ਕੋਲੇ ਹਾਂ ਜੀ ਹਾਂ ਜੀ ਫਰਿਆਦ ਵੀ ਨਾਲ ਨਹੀਂ ਫਰਿਆਦ ਕਿਹੜਾ ਹੈ ਇੱਕ ਅਰਜ਼ਿਕ ਮਿੰਟ ਕਰੀਏ ਜੀ ਤੁਹਾਡਾ ਯਾਦ ਲੈ ਕੇ ਜਾਨੀ ਤੁਹਾਡੇ ਨਾਲ ਇੱਕ ਜ਼ਰੂਰੀ ਕੰਮ ਆ ਤੇ ਗੱਲ ਕਰਨਾ ਚਾਹੁੰਦੀ ਅੱਛਾ ਚਾ ਬੈਠੋ 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 ਬੈਠ ਜਾਈਏ ਆਏ ਜੀ ਹਾਂ 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 ਮਾਸ਼ਾਅੱਲਾ ਹੋਰ ਸੁਣਾਓ ਹਾਂ ਜੀ ਖੈਰ ਸ਼ੁਕਰ ਕਰ ਮੁੰਡਿਆ ਨੇ ਕੋਈ ਸ਼ਾਇ ਵੀ ਖਵਾਈ ਪਿਆਈ ਤੁਹਾਨੂੰ ਹਾਂ ਜੀ ਹਾਂ ਜੀ ਪਾਣੀ ਪੀਤਾ ਜੀ ਪਾਣੀ ਪੀਤਾ ਜੀ ਜੀ ਪਾਣੀ ਪੀਤਾ ਪੀਤਾ ਇਹ ਮੈਂ ਕਿ ਦੱਦ ਜੀ ਇਹ ਤੁਹਾਡਾ ਇੱਕ ਦੰਦ ਕਿਧਰ ਗਿਆ ਏ ਤੁਹਾਡੇ ਦਾਦੇ ਕੋ ਰਹਿ ਗਿਆ ਅੱਛਾ 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 ਉਹ ਗੱਲ ਕਰਨ ਦੀ ਸੀ ਉਹਦੇ ਮੂੰਹ ਚ ਰਹਿ ਗਿਆ ਔਰ ਤੁਸੀਂ ਸੁਣਾਓ ਕਿੱਦਾਂ ਆਏ ਅਸੀਂ ਨਾ ਤੁਹਾਡੇ ਕੋਲ ਹਾਜ਼ਰ ਹੋਏ ਸੀ ਬੀਬੀ ਆਏ ਬਈ ਉਹ ਤੁਹਾਡਾ ਜਿਹੜਾ ਮੁੰਡਾ ਨਹੀਂ ਹੈ ਰਾਣਾ ਇਜਾਜ਼ ਹਾਂ ਹਾਂ ਜੀ ਔਰ ਜਿਹੜਾ ਰਾਣਾ ਇਜਾਜ਼ ਹੈ ਉਹ ਲੰਮਾ ਜਿਆ ਤੁਹਾਡਾ ਬਹੁਤ ਦੇ ਆ ਜਾ ਆ ਮੇਰਾ ਪੋਤਾ ਲੰਮਾ ਹਾਈ ਹਾਈ ਸਾਡੇ ਕੇ ਜਾਵਾਂ ਅਸੀਂ ਤੁਹਾਡੀਆਂ ਬਹੁਤ ਤਰੀਫਾਂ ਸੁਣ ਕੇ ਅਸੀਂ ਆਏ ਆ ਤੇ ਉਹ ਰਾਣਾ ਇਜਾਦ ਹੈ ਨਾ ਤੁਹਾਡਾ ਬੇਟਾ ਉਹ ਬਹੁਤ ਬੇਹਦਤ ਹੈ ਕੀ ਹੋਇਆ ਬੇਹਦਤ ਹੈ ਬੇਹਦਤ ਹੈ ਜੇ ਨਹੀਂ ਉਹਨੂੰ ਨਾ ਅਕਲ ਸੁਰ ਹੈ ਨਹੀਂ ਤੇਰੇ ਸੱਤਾ ਪੀੜੀ ਹੱਗਾ ਖੋਤੇ ਆ ਜਹਾਂਦੇ ਆ ਓ ਐਡਾ ਮੇਰਾ ਚੰਗਾ ਓ ਮੇਰਾ ਪੋਤਰਾ ਤੇ ਤੋਹਾਨੂੰ ਕੁੱਤਿਆ ਕੀ ਕਹੀ ਜਾਣਦੇ ਆ ਓ ਬੀਬੀ ਗੈਰ ਤਰੀਕੇ ਨਾਲ ਲਮਾ ਦੇਈ ਦੇਖ ਵੇ ਤੋ ਚੁੱਪ ਕਰ ਵੇ ਆਪਣੇ ਪਿਓ ਨੂੰ ਗੱਲ ਕਰਨ ਦੇ ਇਹ ਮੇਰੇ ਪਿਓ ਨਹੀਂ ਜੀ ਹਾਏ ਇਹ ਤਾਂ ਮੇਰਾ ਭਾਈ ਆ ਚਾਚੇ ਦਾ ਪੁੱਤ ਅੱਛਾ ਹਾਂਜੀ ਅਸੀਂ ਤੁਹਾਡੇ ਪਿੰਡ ਦੇ ਨਾ ਖਾਨ ਸਾਹਿਬ ਲੋਗ ਆ ਮਰਾਸੀ ਐਸੇ ਨਾਂ ਵੀ ਦੱਸੋ ਸ਼ਕਲੋਂ ਹੀ ਲੱਗਣ ਦਾ ਹੈ ਹਾਂਜੀ ਨਾ ਇਹ ਪੁੱਤ ਮੇਰੇ ਰਾਸ਼ੀਆਂ ਦੇ ਗੈਟਪ ਹੁੰਦੇ ਹੋਰ ਕਿਤੇ ਬੰਦਿਆਂ ਦੇ ਤੇ ਹੁੰਦੇ ਨੇ ਜੀ ਜੀ ਬਾਅਦ ਇੱਕ ਮਸਲਾ ਸੀ ਅਸੀਂ ਉਸ ਮਸਲੇ ਵਾਸਤੇ ਹਾਜ਼ਰ ਹੋਏ ਆ ਉਹ ਤੁਹਾਡਾ ਬੇਟਾ ਨਾ ਰਾਣਾ ਇਜਾਦ ਸਾਹਿਬ ਹਾਂਜੀ ਹਾਂਜੀ ਆ ਮੇਰਾ ਪੋਤਰਾ ਲੰਮਾ ਹਾਂਜੀ ਉਹਦਾ ਕੀ ਹੱਲ ਢੋ ਤਾਂ ਸਾਨੂੰ ਬਹੁਤ ਪਰੇਸ਼ਾਨ ਕਰਦਾ ਹੋ ਰাতি ਅਸੀਂ ਫੰਕਸ਼ਨ ਤੇ ਗਏ ਸਾਂ ਹਾਂ ਠੀਕ ਹੈ ਜੀ ਸਾਰੀ ਰਾਤ ਅਸੀਂ ਫੰਕਸ਼ਨ ਕਰਦੇ ਰਹੇ ਗਾਣੇ ਦੇ ਰਹੇ ਕਿੰਗਾ ਕੀ ਉਹਨੇ ਉਹਨੇ ਕਹਿਣਾ ਕੀ ਆ ਉਸਦਾ ਬੀਬੀ ਸਾਨੂੰ ਉਹਨੇ ਬਹੁਤ ਤੰਗ ਕੀਤਾ ਹੋਇਆ ਸਾਨੂੰ ਕਦੀ ਕਹਿੰਦਾ 5000 ਰੁਪਇਆ ਹਲਦਾਰਾ ਦੇ ਦਿਓ। ਕਿਨੇ ਲੰਮੇ ਨੇ 5000 ਮੰਗਿਆ। ਹਾਂ ਬੀਬੀ ਤੇ ਤੂੰ ਦਿੱਤਾ ਕਿਉਂ ਨਹੀਂ ਕੁੱਤਿਆ। ਓ ਮੇਰੀ ਗੱਲ ਤਾਂ ਸੁਣ ਲਓ। ਅੱਲਾ ਰਹਿਮ ਕਰੇ ਲੰਬਾ ਇੰਜ ਦੇ ਨਹੀਂ ਲੰਬਾ ਵਿਹਾਰ ਦਾ ਬੜਾ ਚੰਗਾ। ਉਹ ਤੇ ਕਿਸੇ ਟਾਈਮ ਮੇਰੇ ਕੋਲ ਆ ਜਾਂਦਾ ਦਾਦੀ ਖਰਚਾ ਨਹੀਂ ਹੈਗਾ ਲੈ ਜਾਂਦਾ ਪੈਸੇ। ਸ਼ਾਮ ਨੂੰ ਲੈ ਜਾਂਦਾ ਮੈਨੂੰ। ਓ ਤੂੰ ਉਹਨੂੰ 5000 ਨਹੀਂ ਦਿੱਤਾ। ਬੀਬੀ ਮੇਰੀ ਗੱਲ ਤਾਂ ਸੁਣ ਲਓ। ਕਿੱਥੇ ਹੋ ਜਾਵੇ। ਓ ਮੇਰੀ ਫਾਰਕ ਖਾਂ। ਹਏ ਲੈਨਤ ਵੀ ਤੁਹਾਡੇ ਦੇ। ਓ ਬੀਬੀ ਝਾਂਸੀ ਜੀ ਰਾਣੀ। ਆ ਮੇਰੀ ਗੱਲ ਤਾਂ ਸੁਣ ਲੈ ਤੂੰ ਜੇ ਤੁਸੀਂ ਲੰਮੇ ਨੂੰ 5000 ਤਾਂ ਨਾ ਕਰ ਦਿੱਤੀ ਵੇ ਤੁਹਾਡਾ ਕੱਖ ਨਾ ਰਵੇ ਵੇ ਤੂੰ ਹਾਥੀ ਜੁੜੀ ਜਾ ਨਾ ਆਏ ਹੈ ਬੀਬੀ ਕੀ ਹੋਇਆ ਹਾਏ ਹੈ ਕੁੱਤੇ ਆ ਪਰ ਵੀ ਬੀਬੀ ਤਰ ਲੈ ਮੌਲਾ ਦੀ ਜਾਤ ਤੇ ਤੁਹਾਡੇ ਕੋਲ ਲੰਮੇ ਨੇ 5000 ਮੰਗੇ ਤੁਸੀਂ ਦਿੱਤਾ ਕਿਉਂ ਨਹੀਂ ਬਈ ਸਾ ਤੋਂ ਕਾਹਦੇ ਮੰਗਦਾ ਤੁਹਾਡੇ ਨਾਲ ਤੇ ਉਹਦਾ ਵਿਹਾਰ ਬਣਿਆ ਹੋਊਗਾ ਵੀ ਤੂੰ ਤੇ ਉਹਦੀ ਦਾਦੀ ਅੰਮਾ ਤੇ ਤੁਸੀਂ ਕਿੱਥੇ ਰਹਿਨੇ ਆ ਅਸੀਂ ਇਸ ਪਿੰਡ 'ਚ ਹੀ ਰਹਿਨੇ ਆ ਤੇ ਫਿਰ ਤੁਹਾਡੇ ਤੇ ਲਾਹਨਤ ਆ ਇਸ ਪਿੰਡ ਦੇ ਵਿੱਚ ਰਹਿ ਕੇ ਲੰਮਾ ਵੀ ਐਸੇ ਪਿੰਡ ਦਾ ਹੀ ਆ ਆਹ ਲੰਮਾ ਕਿਹੜਾ ਕੋ ਨਲ ਦੇ ਪਿੰਡ ਦਾ ਓਏ ਬੀਬੀ ਤੁਸੀਂ ਤਾਂ ਖਾਂਦੇ ਪੀਂਦੇ ਘਰ ਵਾਲੇ ਲੋਕ ਆ ਤੇ ਤੁਸੀਂ ਬੇਹਸੀਅਤ ਆ ਅਸੀਂ ਤਾਂ ਤੁਹਾਡੇ ਪਿੰਡ ਦੇ ਮਰਾਸੀ ਆ ਸੱਤ ਮੰਗਦੇ ਤੁਸੀਂ ਚੰਗੇ ਲੱਗਦੇ ਇਹ ਤੁਹਾਡਾ ਦੇਣ ਦਾ ਹੱਕ ਆ ਬੀਬੀ ਜੀ ਦੇਣ ਦਾ ਹੱਕ ਆ ਵੀ ਆਲੇ ਤੁਸੀਂ ਬਾੜੇ ਜੀ ਰੱਖੋ ਲੰਗਰ ਪਾਣੀ ਜੇ ਤੁਸੀਂ ਕਿਤੇ ਲੰਮੇ ਨੂੰ 5000 ਦਿੱਤਾ ਹੁੰਦਾ ਤੇ ਅੱਜ ਮੈਂ ਵੀ ਕਹਿ ਦਿੰਦੀ ਕਿ ਕਾਕਾ ਰੱਖੋ ਕੀ ਮਤਲਬ ਹੈਂ ਇਹ ਤੇ ਪੁੱਤ ਲੈਣ ਦਾ ਦੇਣ ਬਣਿਆ ਦੁਨੀਆ ਤੇ ਅੱਛਾ ਜੀ ਜੇ ਲੰਮੇ ਨੇ ਤੁਹਾਨੂੰ ਕਿਹਾ ਸੀ 5000 ਤੇ ਤੁਸੀਂ ਕੁੱਤੇਓ ਦਿੱਤਾ ਕਿਉਂ ਨਹੀਂ ਆਏ ਆਏ ਹੈ ਸਾਡੇ ਅਸੀਂ ਕਿੱਥੇ ਦੇ ਦिए ਆਏ ਹੈ ਸਾਡੇ ਬੜੇ ਮਸਕੀਨ ਲੋਗਾਂ ਬੀਬੀ ਅਸੀਂ ਉਹਨੂੰ ਕਿੱਥੋਂ ਦੇ ਦिए ਹੈ ਹੈ ਆ ਬੇਖੋ ਮੁੜ ਕੇ ਉਹਨੇ ਕੀ ਕੀਤਾ ਸਾਨੂੰ ਕਹਿੰਦਾ ਤੁਹਾਨੂੰ ਤਾਂ ਖੁਰਕ ਪਈ ਹੋਈ ਆ ਐ ਦੱਸੋ ਕੋਈ ਗੱਲ ਹੈ ਕਰਦੀ ਆ ਉਹਨਾਂ ਦੇ ਕਰਨ ਵਾਲੀ ਤੇ ਲੰਮਾ ਝੂਠ ਨਹੀਂ ਬੋਲਦਾ ਪੁੱਤ ਤੈਨੂੰ ਕਿਤੇ ਪੈਣੀ ਹੋਣੀ ਆ ਖੁਰਕਿਆ ਮੈਨੂੰ ਕਿਉਂ ਖੁਰਕ ਪਈ ਆ ਕਦੋਂ ਐਸੀ ਗੱਲ ਹੋਈ ਆ ਲੰਮੇ ਨੇ ساری ਜ਼ਿੰਦਗੀ ਝੂਠ ਨਹੀਂ ਬੋਲਿਆ ਉਹ ਆਪਣੇ ਦਾਦੇ ਵਰਗਾ ਅੱਛਾ ਜੀ ਉਹ ਜਦੋਂ ਬੋਲਦਾ ਨਾ ਬਟੂ ਉਹਦੇ ਵਿੱਚ ਉਹਦੇ ਦਾਦੇ ਦੀ ਚੱਲਗੜੇ ਯਾਰ ਆਉਂਦੀ ਆ ਬਕਵਾਸ਼ ਕਰਦੇ ਕੁੱਤੇ ਜੇ ਕਿਤੇ ਲੰਮੇ ਨੇ ਤੁਹਾਨੂੰ ਕੋਈ ਕੰਮ ਕਹੇ ਉਹ ਜ਼ਿੰਦਗੀ ਚ ਕਿਸੇ ਨੂੰ ਕੰਮ ਨਹੀਂ ਕਹਿੰਦਾ ਉਹ ਬੜਾ ਆਪਣੀ ਜਿੱਦ ਦਾ ਪੱਕਾ ਅੱਛਾ ਜੀ ਹਾਂ ਕਦੀ ਆਪਣੇ ਪਿਓ ਤੋਂ 1 ਰੁਪਈਆ ਨਹੀਂ ਮੰਗਿਆ ਅੱਛਾ ਜੀ ਹਾਂ ਦਾਦੀ ਕੋ ਮੰਗਦਾ ਸਹੀ ਹੈ ਜੇ ਦਾਦੀ ਕੋ ਮੰਗਦਾ ਜੇ ਸਾਡੇ ਕੋ ਅਲੈਗਿਸਲਾ ਮਾਗਿਆ ਜੀ ਆ ਗਿਆ ਲੰਮਾ ਬਿਸਮਿਲਲਾ ਜੀ ਕੋਤੇ ਬਖਤੌਈਆਂ ਕਰਦੇ ਮੇਰੇ ਪੋਤੇ ਦੀਆਂ ਮੈਂ ਮਾਰ ਮਾਰ ਤੁਹਾਡੇ ਜੁੱਤੀਆਂ ਤੁਹਾਡੇ ਜੀ ਹਾਂ ਜੀ ਤਬੀਅ ਠੀਕ ਹੈ ਜੀ ਮੈਂ ਲੰਮਿਆ ਤੂੰ ਇਹਨਾਂ ਨੂੰ ਤੰਗ ਕੀਤਾ ਨਹੀਂ ਜੀ ਨਹੀਂ ਮੈਂ ਬਹੁਤ ਅੱਛੇ ਲੱਗ ਰਹੇ ਤੁਸੀਂ ਮਾਸ਼ਾਅੱਲਾ ਤੁਹਾਡੇ ਕੱਪੜੇ ਬਰੀ ਮਿਹਰਬਾਨੀ ਜੀ ਕਿਹੜੇ ਕੱਪੜੇ ਆ ਨਵਾਂ ਸੂਟ ਤੇਨੂੰ ਹੁਣ ਚੰਗਾ ਲੱਗਣ ਲੱਗ ਪਿਆ ਉਹੀ ਗੱਲਾਂ ਕਰ ਹੁਣ ਕਹਿ ਇਹਨੂੰ ਉਹ ਅੱਜ ਜਿਹੜਾ ਕਹਿੰਦਾ ਸੀਗਾ ਵੀ ਤੂੰ ਤੇਰੇ ਨਾਲੋਂ ਆ ਪਠਾਣਾ ਦੀ ਚਿੰਗੀ ਚੀ ਹੁੰਦੀ ਆ ਜਾਂ ਪਠਾਣਾ ਦਾ ਸਾਈਕਲ ਸਜਾਇਆ ਹੁੰਦਾ ਕਿਨੇ ਕਿਹਾ ਜੀ ਇਸ ਤਰ੍ਹਾਂ ਆ ਤੂੰ ਹੀ ਕਿਹਾ ਸੀਗਾ ਇਹ ਕਿਨੇ لمبے ਨੇ ਗੱਲਾਂ ਇਹ ਹਾਂ ਜੀ ਨਹੀਂ ਦਾਦੀ ਲੰਬਾਈ ਨੂੰ ਆ ਗੱਲਾਂ ਆਉਂਦੀਆਂ ਮੈਨੂੰ ਇਦਾਂ ਦੀ ਜੁਗਤਾਂ ਹੁੰਦੀਆਂ ਨਹੀਂ ਜੀ ਇਸ ਤਰ੍ਹਾਂ ਜੁਗਤਾਂ ਕਿਹੜੀਆਂ ਜਨਬ ਇਹ ਰਾਣਿਆਂ ਦਾ ਪੁੱਤ ਆ ਇਹ ਰਾਣਿਆਂ ਦਾ ਪੁੱਤ ਕਿਹੜਾ ਪ੍ਰੋਫੈਸਰ ਹੈ ਹੈ ਵੇ ਤੂੰ ਬੜੀਆ ਵਾਦ-ਵਾਦ ਗੱਲਾਂ ਕਰਦਾ ਵੇ ਹੈ ਕੀ ਹੋਇਆ ਬੀਬੀ ਬਕਵਾਸ ਆਪਣੀ ਬੰਦ ਕਰ ਬਕਵਾਸ ਬੰਦੀਏ ਸਾਡੀ ਪੁੱਤਿਆ ਆ ਗਿਆ ਇਹ ਹਜਾਤਾ ਹੈਗਾ ਬੀਬੀ ਤੁਹਾਨੂੰ ਇਹ ਵੀ ਸ਼ਿਕਾਇਤ ਅਸੀਂ ਕਰਨ ਆਏ ਆ ਸ਼ਿਕਾਇਤ ਤੁਸੀਂ ਬੜੀ ਕਰਦੇ ਆ। ਹਾਂਜੀ। ਕੀ ਲੰਮਿਆ ਕੀ ਚੱਕਰ ਕੀ ਆ? ਕੁਛ ਵੀ ਨਹੀਂ ਆ। ਅਮਾ ਇਹ ਇੱਕ ਖਾਨ ਸਾਹਿਬ ਆ। ਹਾਂਜੀ। ਉਹ ਤਾਂ ਸ਼ਕਲੋ ਹੀ ਨਜ਼ਰ ਆਉਂਦੀ। ਉਹ ਵੀ ਗੱਲ ਦੱਸ ਗਾਉਣ ਵਜੋਂ ਵਾਲੇ ਬੰਦੇ ਆ। ਹਾਂਜੀ ਹਾਂਜੀ। ਇਹਨਾਂ ਚੋਂ ਗਾਉਂਦਾ ਕਿਹੜਾ ਤੇ ਵਜਾਉਂਦਾ ਕਿਹੜਾ? ਐ ਗਾਉਂਦਾ ਜੀ। ਹਾਂਜੀ। ਇਹ ਪਾਰਟੀ ਦਾ ਮੋਰੀ ਆ। ਹਾਂਜੀ ਹਾਂਜੀ। ਮੈਂ ਸਾਰੇ ਲੋਕਾਂ ਨਾਲ ਗੱਲਬਾਤ ਕਿਉਂਕਿ ਸੀਨੀਅਰ ਆ। ਹਾਂਜੀ ਮੈਂ ਸਾਰਿਆਂ ਨਾਲ ਮੈਂ ਦੇਖੋ ਆ ਸਿਆਣੇ ਕੀ ਕਹਿੰਦੇ ਸੀਨੀਅਰ ਗੁਨਾਹਗਾਰ। ਹਾਂ ਹਾਂ। ਅਮਾ ਤੂੰ ਇਹ ਦੇਖ ਲੈ। ਇਹ ਉਹ ਕੌਮ ਆ। ਕਿ ਜੇ ਇਹ ਦੁਨੀਆ ਦੇ ਉੱਤੇ ਸਿਰਫ ਪਿਆਰ ਦਾ ਪੈਗਾਮ ਦਿੰਦਾ ਹੈ ਜੀ 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 ਖੈਰ ਹੋਵੇ ਅਮਾ ਕਦੀ ਕਿਸੇ ਕੋ ਇਹ ਨਹੀਂ ਸੁਣਿਆ ਹੋਣਾ ਕਿ ਖਾਨ ਸਾਹਬਾਂ ਨੇ ਮਰਾਸੀਆਂ ਨੇ ਕੋਈ ਲੜਾਈ ਵਾਲੀ ਗੱਲ ਕੀਤੀ ਹਾਏ ਕੋਈ ਝਗੜੇ ਵਾਲੀ ਗੱਲ ਕੀਤੀ ਨਹੀਂ ਜੀ ਦਾ ਅਗਰ ਤੁਹਾਨੂੰ ਨਹੀਂ ਇਹ ਸੱਚੇ ਤਾਂ ਸੁੱਚੇ ਬੰਦੇ ਨੇ ਅਮਾ ਨਹੀਂ ਤੇ ਇੱਕ ਇੱਕ ਗੋਲੀ ਚਲਾ ਕੇ ਦੇਖ ਲੈ ਲਾ ਲੰਮਿਆਂ ਹਾਏ ਆਹ ਕੇਰੀ ਗੱਲ ਤੇ ਹੁਣ ਮੈਂ ਫੁੱਲ ਪਾਉਣੇ ਆ। ਉਹ ਮੇਰੀ ਗੱਲ ਸੁਣ ਬਾਜੀ ਪੁੱਛਦਾ ਸੀ ਨਾ ਕਿ ਦਾਦੀ ਇਹ ਗੋਲੀਆਂ ਕੱਲ ਹੀ ਰੱਖੀਆਂ। ਅੱਜ ਦੇਖ ਲੈ ਕੰਮ ਆ ਗਈਆਂ। ਅਰੇ ਮੈਂ ਫੇਰ ਜਾਵਾਂ। ਏ ਹਾਏ ਬਈ ਸ਼ਰਾਫਤ ਕੇ ਪੈਕਰ ਅਬੇ ਝੂਠੇ ਜਹਾਨ ਕੇ ਜ਼ਾਲਮ ਟੈਪ ਆਦਮੀ ਕੁਛ ਤਾਂ ਖਿਆਲ ਕਰ ਹਾਂਜੀ ਹੁਣ ਦੱਸੋ ਗੋਲੀ ਮਰਵਾਉਣੀ ਸਾਨੂੰ ਦੱਸੋ ਤੁਹਾਨੂੰ ਲੈ ਮੌਲਾ ਦੇ ਸਾਥ ਹਾਏ ਮੇ ਚੁੱਪ ਕਰ ਜਾਵੇ ਹੋਣੀ ਹਰ ਰਾਮ ਦੇ ਆ ਤੂੰ ਪਤਾ ਨਹੀਂ ਕੀ ਬਣ ਗਿਆ ਤੇ ਹੁਣ ਫੇਰ ਮਰਾਸਪੁਰੇ ਚ ਆ ਗਿਆ ਨਹੀਂ ਅਸੀਂ ਮਰਾਸਪੁਰੇ ਚ ਨਹੀਂ ਆਏ ਬੀਬੀ ਜਿੰਨੀ ਤੁਹਾਡੀ ਉਮਰ ਹੋ ਗਈ ਆ ਹੁਣ ਹੋ ਸਕਦਾ ਤੁਹਾਡਾ ਨਿਸ਼ਾਨਾ ਵੀ ਉਹ ਨਾ ਰਿਹਾ ਹੋਵੇ ਹਾਂਜੀ ਲਓ ਜੀ ਖਾਨ ਸਾਹਿਬ ਤੁਸੀਂ ਗੱਲ ਚੈੱਕ ਕੀਤੀ ਹੈ ਕੀ ਆ ਘੋੜਾ ਤੇ ਘੋੜੇ ਦਾ ਮੈਦਾਨ ਕੀ ਮਤਲਬ ਤੁਸੀਂ ਕੀਤੀ ਹੈ ਨਿਸ਼ਾਨਾ ਨਿਸ਼ਾਨੇ ਦੀ ਗੱਲ ਅੱਛਾ ਜੀ ਜੇ ਦਾਦੀ ਦਾ ਨਿਸ਼ਾਨਾ ਹਾਂਜੀ ਸਿੱਧਾ ਮੱਥੇ ਦੇ ਸੈਂਟਰ ਚ ਨਾ ਵੱਜੇ ਜਿ ਮੇਰਾ ਨਾਮ ਰਾਣਾ ਜਾਦਵੀ ਅਮਾ ਕੱਢ ਕੱਢ ਮੈਂ ਬੋਲਿਆ ਆ ਵੀ ਚੈੱਕ ਕੀਤੀ ਆ ਬੱਸ ਅਸੀਂ ਨਾ ਸਮਝਾਂਦੇ ਆ ਬੀਬੀ ਮੇਰੀ ਗੱਲ ਸੁਣ ਲੈ ਅੱਤ ਮੌਲਾ ਦੇ ਹੋਰ ਨਹੀਂ ਤੇਰੇ ਪਰੇ ਚਿਲਾ ਦੇ ਆਪਣੇ ਚਿਲਾ ਦੇ ਮੇਰਾ ਗਾਛ ਲੰਮਿਆਂ ਪਹਿਲੇ ਕਹਦੇ ਕਲਪਾ ਨਿਸ਼ਾਨਾ ਸਹੀ ਹੈ ਮੈਂ ਮੰਨ ਗਿਆ ਬਸ ਠੀਕ ਹੈ ਨਿਸ਼ਾਨਾ ਸਹੀ ਆ ਦੇਖੋ ਇਹਨਾਂ ਨੇ ਚਿਲਾਇਆ ਆ ਦੇਖੋ ਇਹਨਾਂ ਨੇ ਚਿਲਾਇਆ ਸਾਡੀ ਟੋਪੀ ਲੈ ਗਈ ਇਹ ਨਰਗਿਸਾਨਾ ਬਹੁਤ ਪੱਕਾ ਖੈਰ ਮੈਂ ਕਹਿੰਨੀ ਲੰਮਿਆ ਇਹਨੂੰ ਛੱਡ ਤੇ ਆ 1986 ਦੇ ਵੈਸਪਰ ਨੂੰ ਇੱਕ ਗੋਲੀ ਮਾਰ ਲੈਣ ਦੇ ਵਿੱਚ ਮੈਂ ਗੋਲੀ ਮਾਰ ਲੈਣ ਤੇ ਬੀਬੀ ਇਹ ਗੋਲੀ ਨਾਲ ਜਾਨ ਚਲੇ ਜਾਂਦੀ ਆ ਉਹ ਜਾਨ ਵੀ ਨਹੀਂ ਤੁਸੀਂ ਲੈਣ ਕੇ ਹਵੇਲੀ ਚੋਂ ਬਾਹਰ ਨਹੀਂ ਜਾਂਦੀ ਇਸ ਗੱਲ ਦੀ ਮੈਂ ਤੁਹਾਨੂੰ ਕਸਮ ਦਿੰਨੀ ਲੈਣ ਕੀ ਆਏ ਤੁਸੀਂ ਇੱਥੇ ਅਸੀਂ ਇੱਥੇ ਤੁਹਾਡੀਆਂ ਸ਼ਿਕਾਇਤਾਂ ਕਰਨ ਆਏ ਆ ਜਨਾਬ ਕਿਹੜੀਆਂ ਸ਼ਿਕਾਇਤਾਂ ਨਥੀ ਕਰਾਉ ਚੰਮ ਆਏ ਹੈ ਮੇਰੀ ਗੱਲ ਤੇ ਸੁਣ ਲਓ ਅਸੀਂ ਤਾਂ ਐਵੇਂ ਹੀ ਨਾ مشਵਰਾ ਦੇਣ ਆਏ ਸੀ ਕਾਦਾ ਬਈ ਮਤਲਬ ਹੈ ਨਾ ਤੁਸੀਂ ਮਤਲਬ ਰਾਣੀ ਲੋਗ ਆ ਹਾਂਜੀ ਹਾਂਜੀ ਤੁਸੀਂ ਸਵੇਰੇ ਸਵੇਰੇ ਖੇਤਾਂ 'ਚ ਫਿਰ ਲਿਆ ਕਰੋ ਅਸੀਂ ਖਾਨ ਸਾਹਿਬ ਲੋਗ ਆ ਅਸੀਂ ਦੁਪਹਿਰੇ ਜਿਸ ਟਾਈਮ ਜਾਣੀ ਉਦੋਂ ਤੁਸੀਂ ਨਾ ਜਾਇਆ ਕਰੋ ਕਿੱਥੇ ਖੇਤਾਂ 'ਚ ਕਾ ਖੇਤ ਤੁਹਾਡੇ ਪਿਓ ਦੇ ਆ ਰਾਣਾ ਕਿਉਂ ਨਾ ਜਾਵੇ ਮੇਰੇ ਆਪਿਆ ਪਸਤਾਲਾ ਨਹੀਂ ਨਹੀਂ ਜਾ ਰਹੇ ਮੈਨੂੰ ਇਹ ਦੱਸੋ ਕੋਟੇਵਾ ਪਿੰਡ ਪਿੰਡ ਦੇ ਮਾਲਕ ਕੌਣ ਤੁਸੀਂ ਇਸ ਪਿੰਡ ਦੇ ਮਾਲਕ ਕੌਣ ਹੋ ਤੁਸੀਂ ਮਾਲਕ ਤੇ ਫਿਰ ਤੁਸੀਂ ਇੱਕ ਇੱਕ ਮਰਾਸੀ ਹੋ ਕੇ ਤੇ ਤੁਸੀਂ ਲੰਮੇ ਨੂੰ ਕਹਿਣ ਲਾਇਆ ਕਿ ਤੂੰ ਨਾ ਜਾਇਆ ਕਰ ਮੇਰਾ ਬੋਲਾ ਪਾ ਚਾਹਲੇ ਬੀਬੀ ਮੇਰੀ ਗੱਲ ਸੁਣ ਲੈ ਬੇਹਦਾਤਾ ਨੂੰ ਪਤਾ ਨਹੀਂ ਲੱਗਦਾ ਇਹਨੂੰ ਤੂੰ ਹੀ ਸਮਝਾ ਸਕਦੀ ਂ ਅਸੀਂ ਤੁਹਾਡੀਆਂ ਬਹੁਤ ਤਰੀਫਾਂ ਸੁਣੀਆਂ ਸੁਭਾਨ ਅੱਲਾ ਅਸੀਂ ਇਹ ਵੀ ਸੁਣਿਆ ਵੀ ਜੈਸਾ ਫੈਸਲਾ ਤੁਸੀਂ ਕਰਦੇ ਆ ਨਾ ਆਹਾਹਾ ਖੈਰ ਹੋਵੇ ਨਹੀਂ 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 ਇਹਨੂੰ ਬਲ ਰੱਖੋ ਇਹਨੂੰ ਚਦਰ ਤੇ ਥੱਲੇ ਇੱਥੇ ਰੱਖਿਆ ਜਾਂ ਹੋਰ ਤੈਨੂੰ ਗਾਲਾਂ ਕੱਢਣ ਲੱਪਿਆ ਕਿਤੇ ਨਹੀਂ ਅਸੀਂ ਤੁਹਾਡੀਆਂ ਬਹੁਤ ਤਰੀਫਾਂ ਸੁਣ ਕੇ ਆਏ ਆ ਬੀਬੀ ਕਿ ਤੁਸੀਂ ਫੈਸਲਾ ਸਹੀ ਕਰੀ ਬੀਬੀ ਦਾ ਸਾਰੀ ਜ਼ਿੰਦਗੀ ਇਹ ਕਹਿਣਾ ਰਿਹਾ ਕਿ ਕੋਈ ਮਰਾਸੀ ਨਹੀਂ ਕੋਈ ਜੱਟ ਨਹੀਂ ਕੋਈ ਰਾਣਾ ਨਹੀਂ ਸਾਰੀ ਰੱਬ ਦੀ مخلوਕ ਸੁਭਾਨ ਅੱਲਾਹ ਦੀ ਅੱਲਾਹ ਦੀ ਲਮਾਹ ਸਾਰੇ ਅੱਲਾਹ ਅੱਲਾਹ ਨੇ ਇੱਕੋ ਜਿਹਾ ਬਣਾ ਕੇ ਭੇਜੇ ਹਾਂਜੀ ਇਹ ਬੀਬੀ ਨੇ ਨਾ ਇਨਸਾਨੀਅਤ ਦਾ ਦਰਸ ਦਿੱਤਾ ਜੀ ਜੀ ਮੈਮੀ ਤੁਸੀਂ ਤੁਸੀਂ ਤੁਹਾਨੂੰ ਦਿੰਦਾ ਇਹ ਦਰਸ ਤੈਨੂੰ ਨਹੀਂ ਮਿਲਿਆ ਜਿਹੜੇ ਹਿਆ ਤੇ ਆ ਕੀ ਕਹਿਣਿਆ ਰਾਣਾ ਤੈਨੂੰ ਐਨੇ ਆ ਬੀਬੀ ਜੀ ਜਾਣੇ ਦਾ ਰਾਣੀ ਦੇ ਨਾਲ ਦੀ ਗੱਲ ਤੇ ਹੋਣੀ ਕਰਨੇ ਬੀਬੀ ਮੇਰੀ ਠੀਕ ਹੈ ਠੀਕ ਹੈ ਅмма ਨਾ ਕਰ ਪਲਾਸਟਿਕ ਦੀ ਟੁੱਟ ਜਾਣੀ ਹੈ ਮੈਂ ਪੁੱਛਿਆ ਉਹਨੇ ਤੇ ਮੈਨੂੰ ਫੌਖ ਪਾਉਣ ਦੇ ਤੂੰ ਵਿੱਚੇ ਹੀ ਕਰਨ ਲਾ ਪੈਣਾ ਜੀ ਜੀ ਆ ਖੋਲ ਪਿੱਛੋਂ ਮੇਰੇ ਦੱਬ ਜੀ ਪੈਣ ਲਈ ਕੀ ਹੋਇਆ ਕੀ ਖੋਲਣ ਦੇ ਅмма ਲੈ ਅмма ਦਲੇਰ ਹੈ ਹਾਂਜੀ ਇੱਧਰੇ ਏਹ ਹੈ ਜੀ ਅੰਮਾ ਜੀ ਜੇ ਮੈਨੂੰ ਕਹਿਣ ਨਿਆ ਕੁੱਤੇ ਆ ਮੈਨੂੰ ਕਿਤੇ ਦਲੇਰ ਮਹਿੰਦੀ ਨਾ ਦੇਖ ਲਿਆ ਉਹ ਨਹੀਂ ਦਲੇਰ ਆ ਅੰਮਾ ਦਲੇਰ ਆ ਅੰਮਾ ਜੀ ਮੈਂ ਵੈਸੇ ਗੱਲ ਕੀਤੀ ਏ ਤੁਹਾਡੇ ਖੈਰ ਹੋਵੇ ਹਾਏ ਹਾਏ ਬੀਬੀ ਬੀਬੀ ਰਾਣੀ ਤੁਹਾਡਾ ਭਲਾ ਹੋਵੇ ਆ ਆਪਣੇ ਬੇਟੇ ਨੂੰ ਜਰਾ ਸਮਝਾਓ ਨਹੀਂ ਲੰਮਾ ਨੇ ਤੁਹਾਨੂੰ ਕਿਹਾ ਕੀ ਆ ਕੁੱਤਿਓ ਲੰਮਾ ਤੇ ਸਾਰੇ ਮਹੱਲੇ ਦੇ ਕੰਮ ਕਰਦਾ ਫਿਰਦਾ ਏ ਉਹ ਨਹੀਂ ਤੇਰੇ ਕੰਮ ਕਰਦਾ ਨਾ ਮਹੱਲੇ ਦੇ ਸਾਰੇ ਪੁੱਠੇ ਕਰਦਾ ਬੀਬੀ ਕਹਿੰਨੇ ਰਹਿਮਾਨੀਆਂ ਦੇ ਫੰਕਸ਼ਨ ਦੇ ਉੱਤੇ ਕਹਿਤਾ ਵੀ ਖਾਨ ਸਾਹਿਬਾਂ ਨੂੰ ਸੱਦੋ ਸਾਨੂੰ ਉਹਨਾਂ ਨੇ ਸਾਥ ਲਿਆ ਇਹਨੇ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਉਹ ਜਦੋਂ ਆਉਣ ਤੇ ਉਹਨਾਂ ਨੂੰ ਨੋਟਾਂ ਦੀਆਂ ਕਾਪੀਆਂ ਸਿਰਫ ਦਿਖਾਉਣੀਆਂ ਉਹਨਾਂ ਦੇ ਉੱਤੇ ਸੁੱਟਣੇ ਨਹੀਂ ਔਰ ਉਹ ਵੀ ਐਸੇ ਵਾਅਦੇ ਦੇ ਪੱਕੇ ਨਿਕਲੇ ਉਹਨਾਂ ਨੇ ਇੰਝ ਹੀ ਕੀਤਾ ਵੀ ਉਹ ਕਾਪੀਆਂ ਸਿਰਫ ਸਾਨੂੰ ਦਿਖਾਉਂਦੇ ਹੀ ਰਹੇ ਨੇ ਵੀ ਅਸੀਂ ਮਤਲਬ ਦੱਸੋ ਵੀ ਉਹਨਾਂ ਕਾਪੀਆਂ ਦੇ ਉੱਤੇ ਕੁਝ ਲਿਖ ਦੇਣਾ ਸੀ ਅਜੇ ਹਮਾਨੀਆਂ ਨੂੰ ਕਿੰਨੇ ਕਿਹਾ ਕਿ ਤੁਹਾਨੂੰ ਸੱਦੋ ਇਨੇ ਗਿਆ ਇੱਲੇ ਗਿਆ ਤੇ ਜੇ ਇਹਨੇ ਕਹਿ ਦਿੱਤਾ ਕਿ ਕਾਪੀਆਂ ਇਹਨਾਂ ਨੂੰ ਦਿਖਾਓ ਤੇ ਤੁਹਾਨੂੰ ਕਿਤੇ ਬਹੁਤ ਪੈ ਗਈਆਂ ਸਿਰਫ ਕਾਪੀਆਂ ਵਿਖਾਈ ਦੀਆਂ ਨਹੀਂ ਉਹਦੀ ਪਿੰਨ ਖੋਲ ਕੇ ਸਾਡੇ ਉੱਤੇ ਸੁੱਟੀ ਦੀ ਚ ਉਹ ਨਰਹਿਮਾਨੀਆਂ ਨੂੰ ਨਾ ਪਿੰਨ ਖੋਲਣੀ ਆਉਂਦੀ ਹੋਗੀ ਇਹਦੇ ਵਿੱਚ ਲੰਮੇ ਦਾ ਕੀ ਕਸੂਰ ਆ ਆਪ ਸਰਕਾਰ ਇੱਜ਼ਤ ਇਹਦੇ ਵਿੱਚ ਮੇਰੇ ਲੰਮੇ ਦਾ ਕੀ ਕਸੂਰ ਆ ਕੀ ਬਾਤ ਹੈ ਅਮਾ ਤੇਰੇ ਫੈਸਲੇ ਵਾ 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 ਅਮਾ ਇਹਦੇ ਵਿੱਚ ਮੇਰੇ ਲੰਮੇ ਦਾ ਕੀ ਕਸੂਰ ਆ ਉਹਨਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੂੰ ਖੋਲਣੀਆਂ ਆ ਅਮਾ ਦੇਖ ਲਓ ਕੁੰਡੀ ਗੱਲ ਦੀ ਫੜ ਲਈ ਹੈ ਕਿ ਰੌਲਾ ਤਾਂ ਅਸਲ 'ਚ ਵਿੱਚ ਆ ਸੀਗਾ ਤੇ ਫਿਰ ਜਿਹੜੀ ਸਾਡੀ ਦਿਹਾੜੀ ਮਰ ਗਈ ਉਹ ਨਹੀਂ ਬੀਬੀ ਨੂੰ ਸਮਝ ਆਉਂਦੀ ਸਾਡੇ ਬੱਚਿਆਂ ਦਾ ਨਿਤਕ ਜਿਹੜਾ ਇਹਨਾਂ ਦੀ ਦਿਹਾੜੀ ਮਰ ਗਈ ਦੁਆ ਕਰੋ ਦੁਆ ਕਾਦੀ ਕਰ ਪਈ ਆ ਤੁਹਾਡੀ ਦਿਹਾੜੀ ਨਹੀਂ ਮਰ ਗਈ ਕੁੱਤਿਓ ਉਹ ਦਿਹਾੜੀ ਮਰ ਗਈ ਤੇ ਸਾਡੀ ਬੱਕਰੀ ਮਰ ਗਈ ਉਹ ਕੋਈ ਜਾਨ ਨਹੀਂ ਚਲੀ ਗਈ ਜਦੋਂ ਕੁੱਤਿਓ ਇਹਦਾ ਦਾਦਾ ਮਰਿਆ ਨਾ ਬੜੀ ਕਾ ਦਵਾਵਾ ਕੀਤੀ ਆ ਉਹ ਬੜੀ ਤੇ ਆ ਨਹੀਂ ਮਰ ਗਈ ਆ ਕਰੋ ਦੁਆ ਕਰੋ ਜਦੋਂ ਦਾਦਾ ਮਰਿਆ ਕਰ ਲੋ ਦੁਆ ਨਹੀਂ ਤੇ ਆਪਣੀ ਦੁਆ ਕਰਾ ਦੇਣੀ ਜੇ ਆਹ ਉਹ ਇਹਨਾਂ ਨੇ ਤਾਂ ਦੇਖ ਤੇ ਸਹੀ ਕੈਸੇ ਬੇਹਦ ਐ ਤੇ ਹਾਏ ਹਾਏ ਯਾ ਮੇਰੇ ਮੌਲਾ ਇਹਨਾਂ ਤਾਂ ਜਾਨ ਛੁਡਾਓ ਇਹਨਾਂ ਤਾਂ ਸਾਡੀ ਜਾਨ ਛੁਡਾ ਦੇ ਮੇਰੇ ਮੌਲਾ ਯਾਰ ਸਾਲਮਾਈ ਤੋਂ ਬਚਾ। ਇੱਕ ਇਸ ਖਾਨਦਾਨ ਦੇ ਵਸ ਪੈ ਗਏ ਅਸੀਂ ਉਹ ਤੁਹਾਡਾ ਭਲਾ ਹੋ ਜਾਏ। ਲੰਮੀਆਂ ਦਵਾਾਂ ਛੇਤੀ ਲਵੇਟ ਤੇ ਮੈਨੂੰ ਕੁਛ ਕਿਹਾ। ਆ ਕੁਛ ਵੀ ਨਹੀਂ ਕਿਹਾ ਬੀਬੀ ਅਸੀਂ ਤਾਂ ਇਹ ਕਹਿੰਦੇ ਜੈਸੀ ਕੋਕੋ ਹੋ ਜੇ ਉਹਦੇ ਬੱਚੇ। ਆਏ ਹੇ। ਕਰੋ ਕਰੋ ਖਾਨ ਸਾਹਿਬ ਦੁਆ ਕਰੋ। ਇੱਕ ਦੁਆ ਹੀ ਕਰ ਲੈਣ ਦੇ ਆ ਜੀ ਬਸ ਭਲਾ ਹੋਵੇ ਆਮੀਨ ਜੀ ਆਮੀਨ। ਆ ਮਾ। ਆਹ ਹੋਰ ਆਪਣੇ ਦਾਦੇ ਦੀ ਵੀ ਕਰਾ ਲਾ ਇਹਨਾਂ ਨੇ ਕਿਤੇ ਰੋਜ ਆਉਣਾ ਵਾ ਦੁਆ ਕਰਾ ਲਾ ਕਿਹੜੀ ਦੁਆ ਕਰਾ ਦਾਦੇ ਦੀ ਵੀ ਕਰਾ ਲਾ ਦਾਦਾ ਜੀ ਦੀ ਵੀ ਦੁਆ ਕਰ ਲਓ ਖਾਨ ਸਾਹਿਬ ਕੋਈ ਮਾਰੀ ਇਹਨਾਂ ਦੀ ਵੀ ਕਰਦੀਏ ਵਿੱਚ ਹੀ ਜੀ ਤੁਹਾਨੂੰ ਮੈਂ ਦੱਸਾਂ ਆਏ ਹਾਏ ਮਰੋ ਅਸੀਂ ਆਏ ਸ਼ਿਕਾਇਤਾਂ ਲਾਉਣ ਸਾਥੋ ਦੁਆਵਾਂ ਕਰਾਈ ਜਾਂਦੀਆਂ ਦਾਦੀ 120 ਸਪੀਡ ਤੇ ਦੁਆਵਾਂ ਕਰ ਰਹੀ ਹੋਵੇ ਪਰ ਇਹ ਖਾਨ ਸਾਹਿਬ ਆਏ ਤੇਰੀ ਸ਼ਿਕਾਇਤ ਲੈ ਕੇ ਹਾਂਜੀ ਪੁੱਤੇ ਕਰੋ ਖਾਲੀ ਹੱਥ ਨਾਲ ਜਾ ਕੀ ਮਤਲਬ ਦੀ ਦੇਣਾ ਜੀ ਨਾਲ ਉਹ ਜਿਹੜੇ ਤੇਰੇ ਦਾਦੇ ਦੇ ਉਹਦੀ ਪਈ ਇੱਕ ਰੇਪੀਟਰ ਪਿਆ ਉਹਦਾ ਇੱਕ ਉਹਦਾ ਪੰਪ ਅਕਸ਼ਰ ਪਿਆ ਹਾਂਜੀ ਪੰਪ ਲੰਬਾਰੀ ਚ ਪਿਆ ਤੇ ਅਕਸ਼ਰ ਬੂਹੇ ਦਾ ਟੰਗੇ ਹੈ ਉਹ ਲਿਆ ਕੇ ਇਹਨਾਂ ਨੂੰ ਦੇ ਦੋਵਾਂ ਦੇ ਲਸਨ ਚ ਨਹੀਂ ਹੈਗੇ ਉਹ ਵੀ ਨਹੀਂ ਉਹ ਮੇਰੀ ਗੱਲ ਛੱਡੋ ਕੀ ਹੋ ਗਿਆ ਜਿਹੜਾ ਤੂੰ ਕੁੱਤਿਆਂ ਕੇ ਕਹਿ ਲਿਆ ਕਿ ਫੰਕਸ਼ਨ ਤੇ ਗਏ ਆ ਸਾਡੇ ਕਾਬਿਲ ਸਾਹਮਣੇ ਕਾਪੀਆਂ ਕੱਢੀਆਂ ਉਹਨਾਂ ਨੇ ਸਿਟੀਆਂ ਨਹੀਂ ਤੇ ਕਿਸੇ ਦਲਵਾਜਾ ਛੱਡ ਕੇ ਪਿਸਤੌਲ ਸਿੱਧਾ ਕਰ ਲਈ ਵੇਖੀ ਕਿਦਾਂ ਉਹ ਐਸੀ ਖਾਨ ਸਾਹਿਬ ਲੋਗ ਆ ਅਸੀਂ ਅਸਲੇ ਵਾਲੇ ਲੋਗ ਆ ਤੇ ਗੰਡੇ ਅਸਲੇ ਦੇ ਮੈਂ ਵੀ ਨੂੰ ਵਸਲਾਈ ਦੇਣ ਨਹੀਂ ਆ ਮੇਰੀ ਗੱਲ ਸੁਣ ਲੋ ਅਸਨੇ ਤੋਂ ਅਸੀਂ ਬਹੁਤ ਬਾਗੀ ਆ ਇਹਦਾ ਕੀ ਪਤਾ ਕਿੱਧਰ ਨੂੰ ਚੱਲ ਜੂਵੇ ਤੋ ਦੇ ਅੱਬਾ ਜੀ ਪਜਾਉਣੇ ਕਹਿੰਦੇ ਹੁੰਦੇ ਆ ਲੰਮਿਆਂ ਉਹ ਲੈ ਕੇ ਦੇ ਦੇ ਉਹ ਨਾਲ ਸੰਭਾਲ ਤਦੂ ਦਾ ਵਾਸਤਾ ਜਿ ਕਿਉਂ ਸਾਨੂੰ ਮਾਰੀ ਦੇ ਅੱਲਾ ਮਾਰ ਨਹੀਂ ਤੁਸੀਂ ਦੋਨੋਂ ਜਣੇ ਰਿਪੀਟਰ ਭਾ ਕੇ ਜਿਲ੍ਹੇ ਪਿੰਡ ਦੇ ਵਿੱਚੋਂ ਜਾਂਦੇ ਹੋਣਾ ਕੀ ਟੋਹਾਂ ਹੋਣੀਆਂ ਤੁਹਾਡੀਆਂ ਕਿਹੜੀ ਟੋਹ ਹੈ ਆਈ ਹੈਡ ਦ ਸੋਸਾਇਟੀ ਦਾ ਮੋੜੇ ਨਾਲ ਲੈ ਜਾਣ ਰਾਣਾ ਸਾਡੀ ਰੀਪੀਟਰ ਹੋਈ ਹੈ ਸਾਡੇ ਲਈ ਰੀਪੀਟਰ ਸਾਡਾ ਹਾਰਮੋਨੀ ਮਾਜਾ ਪਤਲਾ ਸਾਡੇ ਲਈ ਸਭ ਕੁਝ ਹੋ ਗਿਆ ਹਾਂਜੀ ਸਾਡੇ ਉਹ ਇਜ਼ਾਰ ਆ ਕਿੰਨੀ ਅਕੀਦੀ ਗੱਲ ਕਰਦੇ ਸਾਂ ਕਾਦੀ ਗੱਲ ਕਰਦੇ ਹਾਰਮੋਨੀ ਦੀ ਗੱਲ ਕਰੀ ਹਾਰਮੋਨੀਮ ਬਣਾ ਸਾਹਿਬ ਇਹ ਹਾਰਮੋਨੀ ਤੁਹਾਡੀ ਜੁਰਤ ਕਿੱਦਾਂ ਹੋਈ ਅੰਮਾ ਨੂੰ ਹਾਰਮੋਨੀਮ ਕਹਿਣ ਦੀ ਓਏ ਅੰਮਾ ਨੂੰ ਬਦੋ ਗਿਆ ਓਏ ਮੈਨੂੰ ਕੀ ਓਏ ਮੈਨੂੰ ਕੀ ਬੱਤੇ ਢੱਕਾ ਖਣਾ ਦੇ ਵੇ ਮੈਂ ਤੁਸੀਂ ਆਏ ਤੇ ਸਿੱਖਿਆ ਤੋ ਲੈਣੇ ਤੇ ਵੇ ਤੁਹਾਡੀ ਤੁਹਾਡੀ ਅੰਮਾ ਨੂੰ ਹਾਰਮੋਨੀਮ ਕਹਿਤਾ ਅੰਮਾ ਕਰਦੇ ਤੁਹਾਡਾ ਕੱਖ ਦਾ ਬੇੜਾ ਕਰ ਕੋਈ ਵੇ ਤੁਹਾਡਾ ਤੇਰਾ ਫਿਟੇ ਮਾਰਦੇ ਨਹੀਂ ਜਾਨੀ ਤਰੀਕਾ ਔਰ ਲਾਣਤ ਤੇਰੇ ਤੇ ਮੇਰੀ ਬਾਰ ਬਾਰ ਲੱਗ ਗੋਲੀ ਇਹਨੋਂ ਕੁੱਤੇ ਜਾਂਦੇ ਐਨੇ ਬਾਰ ਕੁੱਤੇ ਦੇ ਸਿੱਧੀ ਗੋਲੀ ਇਹਦੇ ਮਾਰ ਕੁੱਤੇ ਦੇ ਗੋਲੀ ਕੱਢਾ ਦਰਵਾਜ਼ੇ ਆ ਗਏ ਇੱਥੇ ਬੇਹਦ ਹਦੈਤ ਲੈ ਲੰਬੇ ਦਾ ਲਾਮਾ ਲੈ ਕੇ ਕੁੱਤੇ ਕਿਸੇ ਥਾ ਦੇ ਤੈਨੂੰ ਅੰਮਾ ਕਹਿੰਦੇ ਹਾਰਮੋਨੀਆ ਮਾਮਾ ਅੰਮਾ ਨੂੰ ਹਾਰਮੋਨੀਆ ਵੈਸੇ ਹੁੰਦੀ ਐ ਅੰਮਾ ਟੱਕ